ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੈਲ ਯੂ ਐਸ ਟੀਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਮੈਂ ਹਾਂ ਸੰਜੀਵ ਯਸ਼ ਖੰਨਾ ਮੇਰੇ ਨਾਲ ਨੇ ਜਤਿੰਦਰ ਖਹਿਰਾ ਬਹੁਤ ਬਹੁਤ ਧੰਨਵਾਦ ਸੰਜੀਵ ਯਸ਼ ਖੰਨਾ ਤਿੰਨ ਨਾਮ ਨੇ ਨਾ ਨਾਮ ਤੇ ਬੜਾ ਜ਼ੋਰ ਲੱਗਾ ਹੋਇਆ ਤੁਹਾਡਾ ਬਿਲਕੁਲ ਜ਼ੋਰ ਲੱਗਾ ਹੋਇਆ ਹੈ ਪਹਿਲਾ ਨਾਮ ਮੇਰਾ ਦੂਸਰਾ ਮੇਰੇ ਮਾਤਾ ਜੀ ਦਾ ਤੀਸਰਾ ਤਾਂ ਫਿਰ ਜਿਵੇਂ ਤੁਸੀਂ ਖਹਿਰਾ ਤੇ ਮੈਂ ਖੰਨਾ ਖੰਨਾ ਸਾਜ ਹੋ ਗਏ ਕਿਉਂਕਿ ਮੇਰੇ ਪਿਤਾ ਜੀ ਚਾਹੁੰਦੇ ਸੀ ਕਿ ਮੇਰੇ ਮਾਤਾ ਜੀ ਦਾ ਨਾਮ ਮੇਰੇ ਨਾਲ ਜੋੜਿਆ ਜਾਵੇ ਇਸ ਕਰਕੇ ਉਹ ਨਾਲ ਨਾ ਜੁੜਿਆ ਬਹੁਤ ਚੰਗੀ ਗੱਲ ਆ ਸੋ ਆਪਾਂ ਹੁਣ ਗੱਲ ਕਰਾਂਗੇ ਪੰਜਾਬ ਦੇ ਜੋ ਮਸਲੇ ਨੇ ਨਾ ਕੇਜਰੀਵਾਲ ਸਾਹਿਬ ਤੋਂ ਇੱਕ ਗੱਲ ਮੈਨੂੰ ਯਾਦ ਤੇ ਆਉਂਦੀ ਹੈ ਕਹਿੰਦੇ ਕੇਜਰੀਵਾਲ ਸਾਹਿਬ ਨੇ ਇੱਕ ਵਾਰੀ ਆਪਣੀਆਂ ਸਟੇਟਮੈਂਟਸ ਕਿਹਾ ਸੀਗਾ ਕਿ ਠੀਕ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਧਰਤੀ ਤੋਂ ਖਤਮ ਹੋਣਾ ਚਾਹੀਦਾ ਹੈ ਸਾਰਾ ਭ੍ਰਸ਼ਟਾਚਾਰ ਤੇ ਤੁਸੀਂ ਖੂਬ ਰਿਪੋਰਟਸ ਕਰੋ ਜਿਹੜੇ ਵੀ ਭ੍ਰਸ਼ਟਾਚਾਰੀ ਨੇ ਉਹਨਾਂ ਦੇ ਖਿਲਾਫ ਤੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਹੋਊਗੀ ਜਦੋਂ ਕਿਸੇ ਮੇਰੇ ਮਨਿਸਟਰ ਦੇ ਖਿਲਾਫ ਕੋਈ ਰਿਪੋਰਟ ਆਏਗੀ ਕਿ ਇਹ ਭ੍ਰਸ਼ਟਾਚਾਰ ਕਰਦਾ ਜਾਂ ਇਹ ਭ੍ਰਸ਼ਟਾਚਾਰੀਆਂ ਨੂੰ ਸ਼ਹਿ ਦਿੰਦਾ ਜਾਂ ਉਹਨਾਂ ਨੂੰ ਪ੍ਰੋਟੈਕਟ ਕਰਦਾ ਕਿੰਨੇ ਫਿਰ ਮੈਂ ਉਹਦੇ ਖਿਲਾਫ ਜਦੋਂ ਐਕਸ਼ਨ ਲਵਾਵਾਂਗਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਕਿੰਨਾ ਸਖਤ ਹਾਂ ਚਲੋ ਸਕਤਾਈ ਤੇ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਹੱਲੇ ਫਿਲਹਾਲ ਐਡੀ ਨੌਬਤ ਨਹੀਂ ਆਈ ਜਦੋਂ ਨੌਬਤ ਆਊਗੀ ਫਿਰ ਪਤਾ ਲੱਗੇ ਉਹਨੂੰ ਦੇਖਿਆ ਜਾਏਗਾ ਕਿਉਂਕਿ ਸਿਆਸਤ ਤੇ ਸੱਤਾ ਬਿਲਕੁਲ ਹਨਾ ਹੋਰੀ ਸਾਭ ਦੀ ਹੈ ਜਦੋਂ ਤੁਹਾਡੇ ਕਿਸੇ ਮੰਤਰੀ ਦੇ ਉੱਤੇ ਇਲਜ਼ਾਮ ਲੱਗ ਜਾਂਦੇ ਹਨ ਫਿਰ ਤੁਸੀਂ ਕਹਿੰਦੇ ਹੋ ਸਾਦੇਸ਼ ਹੈ ਇਹ ਵਿਰੋਧੀਆਂ ਦੀ ਸਾਜ਼ਿਸ਼ে ਫਸਾਇਆ ਜਾ ਰਿਹਾ ਹੁਣ ਬੜੇ ਸਾਰੇ ਮੁੱਦੇ ਨੇ ਜਿਹੜੇ ਬੜੇ ਪ੍ਰਤੱਖ ਮੁੱਦੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਲઈએ ਕਿ ਪੰਜਾਬ ਦੇ ਵਿੱਚ ਪ੍ਰਚੰਡ ਮੁੱਦੇ ਨੇ ਹੂੰ ਕਿਸੇ ਵੀ ਦੇਸ਼ ਦੇ ਮੁੱਦੇਆਂ ਕਿਸੇ ਸਟੇਟ ਦੇ ਮੁੱਦੇ ਉਹੀ ਹੁੰਦੇ ਨੇ ਪਰ ਉਹ ਕਹਿੰਦੇ ਨੇ ਕਿ ਸਮੇਂ-ਸਮੇਂ ਦੇ ਉੱਤੇ ਇਹਨਾਂ ਨੂੰ ਰੰਗਣ ਹੋਰ ਦਿੱਤਾ ਜਾਂਦਾ ਹੁਣ ਬੇਅਦਬੀ ਦੀ ਘਟਨਾ ਦੀ ਗੱਲ ਕਰਨੀ ਹੈ ਸੱਟਾਂ ਬਣਦੀਆਂ ਨੇ ਬੜੇ ਸਾਰੇ ਚਲਾਨ ਪੇਸ਼ ਹੋ ਜਾਂਦੇ ਨੇ ਅ ਕੁਵਰ ਪਿਛੇ ਕੁਝ ਵਿੱਚ ਕੁਵਰ ਪ੍ਰਤਾਪ ਛੱਡ ਕੇ ਰਾਜਨੀਤੀ ਤੇ ਆ ਜਾਂਦੇ ਨੇ ਅਮਰitsar ਤੋਂ ਸੀਟ ਵੀ ਇਸ ਵਾਰ ਉਹਨਾਂ ਨੇ ਕੱਢ ਲਈ ਹੈ ਹੁਣ ਸਵਾਲ ਇਹ ਆ ਕਿ ਸਭ ਨੂੰ ਪਤਾ ਕਿ ਕੌਣ ਉਸ ਟਾਈਮ ਕਰ ਸਕਦਾ 2015 ਆ ਚਲੋ ਬੇਅਦਬੀ ਦੀ ਗੱਲ ਵੱਖਰੀ ਕਰ ਲੈਂਦੇ ਆ ਆਪਾਂ ਉਸ ਤੋਂ ਬਾਅਦ ਦੀਆਂ ਘਟਨਾਵਾਂ ਜਿਹੜੀਆਂ ਨੇ ਜਿਹੜੀਆਂ ਬਰਗਾੜੀ ਦੇ ਵਿੱਚ ਦੋ ਮੌਤਾਂ ਹੋ ਜਾਂਦੀਆਂ ਨੌਜਵਾਨ ਜਿਹੜੇ ਨੇ ਮਰ ਜਾਂਦੇ ਜਿਹਨਾਂ ਦੇ ਪੁੱਤ ਦੋਸ਼ੇ ਹੀਰ ਹੋ ਜਾਂਦੇ ਆ ਉਹ ਕਿਹਦੀ ਸ਼ਾਇਦ ਹਤੇ ਹੁੰਦੇ ਆ ਫਿਰ ਉਸਨੇ ਕਿਉਂ ਗੋਲੀ ਚਲਾਈ ਇਹ ਤਾਂ ਸਭ ਨੂੰ ਪਤਾ ਹੈ ਇਹ ਹੁਣ ਵਿਰੋਧੀਆਂ ਦੀ ਸ਼ਾਇਦ ਤੇ ਨਹੀਂ ਹੋ ਸਕਦਾ ਐਦਾਂ ਹੀ ਤੁਸੀਂ ਤਰਨਤਾਰਨ ਵਾਲੀ ਖਬਰ ਸੁਣੀ ਹੋਣੀ ਹੈ ਜਿੱਥੇ ਲਾਣ ਪੀ ਕੇ ਇੰਨੇ ਸਾਡੇ ਲੋਕ ਮਾਰ ਗਏ ਸੀ ਅੱਜ ਤੱਕ ਉਸ ਲਾਣ ਦਾ ਉਹ ਲਾਣ ਉਹਦੇ ਹੀ ਵਿਖਦੀ ਤਰਨਤਾਰਨ ਥੋੜੇ ਦਿਨ ਪਹਿਲਾਂ ਵੀ ਚੈਨਲ ਰਿਪੋਰਟ ਕਰ ਰਹੇ ਸੀ ਵੀ ਦਰਨਤਾਰਨ ਦੇ ਵਿੱਚ ਲੱਗ ਗਏ ਫਿਰ ਸ਼ਰਾਬ ਵਿਕਣੀ ਸ਼ੁਰੂ ਹੋ ਗਈ ਆ ਹੁਣ ਜਿਹੜਾ ਕਿੰਗ ਬਿੰਨ ਆ ਨਾ ਉਹ ਨਹੀਂ ਹੱਥੋਂ ਦਾ ਭਲੇ ਇਹਦਾ ਕੋਈ ਖੁਰਾ ਖੋਜ ਤਾ ਲੱਭਦਾ ਨਹੀਂ ਜਿਹੜੇ ਨਿੱਕੇ ਨਿੱਕੇ ਸਲੀਪਰਜ਼ ਹੁੰਦੇ ਨੇ ਉਹ ਹੱਥੇ ਚੜ ਜਾਂਦੇ ਨੇ ਵਾਕੇ ਵਾਕੇ ਤੁਹਾਡੀ ਗੱਲ ਸਹੀ ਹੈ ਉਹ ਅੱਗੇ ਕੋਈ ਗੱਲ ਖੋਲਦੇ ਨਹੀਂ ਕਿੰਗ ਪਿੰਨ ਕਦੇ ਨਹੀਂ ਫੜਿਆ ਜਾਂਦਾ ਵਾਕੇ ਕਿਉਂਕਿ ਉਹ ਕਿੰਗ ਪਿੰਨ ਸ਼ਾਇਦ ਵੱਡੇ ਰਸੂਕਦਾਰ ਬੰਦਿਆਂ ਦੇ ਨਾਲ ਬੈੰਦਾ ਉੱਠਦਾ ਹੋਊਗਾ ਜੇ ਰਸੂਕਦਾਰੀ ਹੋਊਗਾ ਹੋ ਸਕਦਾ ਹੈ ਨਾ ਇਹ ਵੀ ਹੋ ਸਕਦਾ ਕਿਉਂਕਿ ਇਹ ਤਾਂ ਖੋਜ ਦਾ ਵਿਸ਼ਾ ਹੈ ਤੇ ਖੁਰਾ ਖੋਜ ਕੋਈ ਲੱਭਦਾ ਨਹੀਂ ਅੱਪਾ ਪਹਿਲੀ ਗੱਲ ਕਰ ਚੁੱਕੇ ਆ ਸਾਢੇ 6 ਸਾਲ ਹੋ ਗਏ ਜੋ ਇਹ ਬੇਅਦਬੀ ਦੇ ਮਾਮਲੇ ਤੁਸੀਂ ਦੰਮ ਦਿਓ ਲਟਕਾਏ ਜਾ ਰਹੇ ਨੇ ਜੀ ਸਰਕਾਰਾਂ ਆਈਆਂ ਅਸੀਂ ਹੱਲ ਕਰਾਂਗੇ 6.5 ਸਾਲ ਇਸ ਗੱਲ ਨੂੰ ਦੇਖ ਕੇ ਲੱਗਦਾ ਨਹੀਂ ਤੁਹਾਡੀ ਕਾਬਲੀਅਤ ਦੇ ਉੱਤੇ ਕੁਐਸਚਨ ਮਾਰਕ ਆ ਜਾਂਦਾ ਕਿ ਤੁਸੀਂ ਬੜੀ ਬੜੀਆਂ ਬੜੀਆਂ ਸਾਰੀਆਂ ਗੱਲਾਂ ਬੜੀਆਂ ਗੱਲਾਂ ਨੇ ਤੇ ਕੇਜਰੀਵਾਲ ਸਾਹਿਬ 24 ਘੰਟੇ ਦੀ ਗੱਲ ਕਰਦੇ ਸੀ 24 ਘੰਟੇ ਤਾਂ ਕਦੋਂ ਨੇ ਬੀਤ ਗਏ ਕਿੰਨੇ 24 ਘੰਟੇ ਬੀਤ ਗਏ ਹੁਣ ਤੱਕ ਤੱਕ ਕੁਝ ਹੋਇਆ ਨਹੀਂ ਹੁਣ ਪੱਕਾ ਚੱਕਾ ਜਾਮ ਤੁਸੀਂ ਦੇਖੋ ਸਾਰੇ ਜਾਣਦੇ ਨੇ ਪੰਜਾਬੀ ਭਾਵਨਾਤਮਕ ਨੇ ਪੰਜਾਬੀਆਂ ਦੇ ਵਿੱਚ ਭਾਵਨਾ ਘੁੱਟ ਘੁੱਟ ਕੇ ਪਈ ਹੋਈ ਹੈ ਇਹ ਭਾਵਨਾ ਦੇ ਵਿੱਚ ਹੀ ਵੱਡੇ ਵੱਡੇ ਫੈਸਲੇ ਲੈਂਦੇ ਨੇ ਤੇ ਭਾਵਨਾ ਦੇ ਵਿੱਚ ਹੀ ਕਮਜ਼ੋਰ ਦੇ ਨਾਲ ਖੜੇ ਹੁੰਦੇ ਨੇ ਆਪਣੇ ਉੱਤੇ ਕੋਈ ਵੀ ਨਤੀਜਾ ਭੁਗਤ ਲੈਂਦੇ ਨੇ ਕੁਝ ਵੀ ਸਹਿ ਲੈਂਦੇ ਨੇ ਪਰ ਹਮੇਸ਼ਾ ਖੜੇ ਰਹਿਣਗੇ ਉਸ ਗੱਲ ਦੇ ਉੱਤੇ ਜਿੱਥੇ ਖੜਨਾ ਬਣਦਾ ਹੈ ਜਾਇਜ਼ ਤਰੀਕੇ ਨਾਲ ਹਮੇਸ਼ਾ ਖੜੇ ਰਹਿਣਗੇ ਪਰ ਇੰਨਾ ਪੰਜਾਬੀਆਂ ਦੇ ਵਿੱਚ ਸਾਡੇ ਵਿੱਚ ਕੋਣ ਇਦਾਂ ਦਾ ਬੰਦਾ ਜਿਹੜਾ ਗਲਤ ਬੰਦਾ ਹੈ ਜਿਹੜਾ ਇਹ ਸਭ ਬ੍ਰੈਕਟਸ ਚਲਾਉਂਦਾ ਨੈਟਵਰਕ ਚਲਾਉਂਦਾ ਜਿਹਨੂੰ ਸ਼ਰਮ ਹਿਆ ਨਹੀਂ ਹੈ ਜੋ ਡਰੱਗਸ ਦੇ ਮਾਮਲਿਆਂ ਦੇ ਵਿੱਚ ਇਨਵੋਲ ਮਾਈਨਿੰਗ ਦੇ ਮਾਮਲਿਆਂ ਦੇ ਵਿੱਚ ਇਨਵੋਲ ਕਿੱਥੋਂ ਕਿੱਥੋਂ ਦੇ ਮਾਫੀਆ ਰੋਜ਼ ਚਰਚਾ ਹੁੰਦੀ ਹੈ ਮਤਲਬ ਤੁਸੀਂ ਕੌਣ ਲੋਗ ਹੋ ਯਾਰ ਜੋ ਪੰਜਾਬ ਦੀ ਪਵਿੱਤਰ ਧਰਤੀ ਨੂੰ ਪੰਜਾਬ ਦੀ ਮਿੱਟੀ ਨੂੰ ਮੈਲੀ ਕਰਦੇ ਪਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਇੰਨਾ ਵਧੀਆ ਸਾਡਾ ਖੇਤਾ ਔਰ ਪੰਜਾਬ ਪੂਰੀ ਦੁਨੀਆ ਦੇ ਸਾਹਮਣੇ ਇੱਕ ਰੋਲ ਮਾਡਲ ਹੈ ਜੀ ਇਹ ਸ਼ਹੀਦੀਆਂ ਪਾਉਣ ਵਾਲੇ ਇੱਥੋਂ ਜਨਮ ਲੈਂਦੇ ਨੇ ਵੱਡੇ ਵੱਡੇ ਬਹਾਦਰ ਇੱਥੋਂ ਜਨਮ ਲੈਂਦੇ ਨੇ ਕਿੱਥੇ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਕਰਦੇ ਹੋ ਕਿੱਥੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਸਾਡੀਆਂ ਕਰਤੂਤਾਂ ਦੇਖ ਲਓ ਵਾਕਈ ਦੇਖੋ ਸੰਜੀਤ ਜੀ ਆਪਾਂ ਬਾਰ ਬਾਰ ਇਹਨਾਂ ਮੁੰਦਿਆਂ ਦੇ ਉੱਤੇ ਗੱਲ ਕਰਦੇ ਆ ਸੰਜੀਤ ਦਾ ਮੁੱਦੇ ਨੇ ਬਿਲਕੁਲ ਸਹੀ ਪਰ ਗੱਲ ਇਹ ਹੀ ਆ ਨਾ ਚਲੋ ਆਪਾਂ ਅੱਜ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ ਕਾਂਗਰਸੀਆਂ ਨੇ ਲਾਇਆ ਹੋਇਆ ਜੀ ਮਹਿੰਗਾਈ ਦੇ ਖਿਲਾਫ ਮੋਰਚਾ ਬਿਲਕੁਲ ਲਾਇਆ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਤੇ ਵਿੱਚ ਲਾਇਆ ਹੋਇਆ ਹਾਂਜੀ ਹੁਣ ਕਾਂਗਰਸ ਦੇ ਵਿੱਚ ਬਹੁਤ ਸਾਰੇ ਧੜੇ ਨੇ ਪਹਿਲਾਂ ਤਾਂ ਇੱਥੇ ਗੌਰ ਕਰਨ ਵਾਲੀ ਗੱਲ ਆ ਕਿ ਚਰਨਜੀਤ ਚੰਨੀ ਹੁਣੀ ਹਾਰ ਗਏ ਦੋਵਾਂ ਸੀਟਾਂ ਤੋਂ ਉਸ ਤੋਂ ਬਾਅਦ ਉਹ ਕਿਤੇ ਦਿਖੇ ਨਹੀਂ ਹੂੰ ਕਹਿੰਦੇ ਮੁਲਾਕਾਤ ਹੋਈ ਹੈ ਰਾਹੁਲ ਗਾਂਧੀ ਨਾਲ ਵਾਓ ਬਸ ਮੁਲਾਕਾਤ ਹੋਈ ਹੈ ਪਰ ਤੁਸੀਂ ਦੇਖੋ ਪੰਜਾਬ ਦੀ ਪੋਲਿਟਿਕਸ ਚ ਕਿੱਥੇ ਨੇ ਉਹ ਕਿਤੇ ਵੀ ਨਹੀਂ ਕਿਤੇ ਫਿਰ ਨਹੀਂ ਕਿਤੇ ਸਟੈਂਡ ਮੈਨੂੰ ਲੱਗਦਾ ਨਹੀਂ ਮੈਂ ਜੇ ਗਲਤ ਨਾ ਹੋਵਾਂ ਤਾਂ ਮੈਂ ਉਹਨਾਂ ਨੂੰ ਦੇਖਿਆ ਨਹੀਂ ਉਸ ਤੋਂ ਬਾਅਦ ਐਕਟਿਵ ਨਹੀਂ ਦੇਖਿਆ ਹਾਂ ਹਾਂ ਹਨਾ ਹਾਲਾਂਕਿ ਉਹ ਭਗਵਾਨਤ ਮਾਨ ਉਹਨਾਂ ਨੇ ਵਧਾਈ ਦਿੱਤੀ ਹੈ ਸਭ ਕੁਝ ਫਾਰਮਲੀ ਕੀਤਾ ਹੈ ਪਰ ਇੱਕ ਗੱਲ ਇਹ ਹੈ ਨਾ ਕਿ ਹੁਣ ਧੜੇ ਬਹੁਤ ਨੇ ਹੁਣ ਮੈਨੂੰ ਲੱਗਦਾ ਕਿਤੇ ਨਾ ਕਿਤੇ ਚਰਨਜੀਤ ਚੰਨੀ ਨੂੰ ਆਪਸ਼ਨ ਨਹੀਂ ਦੇਖਿਆ ਜਾ ਰਿਹਾ ਸੋ ਇਸ ਚਾਂਚੇ ਚ ਨਵੀਂ ਟੜਾ ਹੋਗਾ ਆਬੀਅਸ ਜੇ ਤੁਸੀਂ ਸੀਐਮ ਰਹਿ ਜਾਂਦੇ ਹੋ ਤੁਹਾਡੇ ਨਾਲ ਥੋੜੇ ਬਤ ਤੇ ਹੁੰਦੇ ਆ ਹੁੰਦੇ ਆ ਫਿਰ ਹੁਣ ਟੜਾ ਦੂਸਰਾ ਇੱਕ ਬੜਾ ਸਟਰੋਂਗ ਟੜਾ ਆ ਜਿਹੜਾ ਚਾਹੁੰਦਾ ਆ ਕਿ ਇੱਕ ਵਾਰ ਫੇਰ ਤੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਹੈਨਾ ਆਪਾਂ ਕੱਲ ਦੇਖਿਆ ਸੀ ਪ੍ਰਗਟ ਸਿੰਘ ਹੁਣ ਜਿਹੜੇ ਉਹਨਾਂ ਦੇ ਮਿੱਤਰ ਨੇ ਜਾਂ ਫਿਰ ਉਸ ਤੋਂ ਬਾਅਦ ਕੈ ਸੁਖਪਾਲ ਖਹਿਰਾ ਉਹ ਵਹੀ ਲਗਾਤਾਰ ਜਿਹੜਾ ਆ ਉਹਨਾਂ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਨੇ ਹੁਣ ਗੱਲ ਮੈਂ ਤੁਹਾਨੂੰ ਦੱਸਦਾ ਗੱਲ ਇਹ ਆ ਕਿ ਮਹਿੰਗਾਈ ਨੂੰ ਲੈ ਕੇ ਇਹਨਾਂ ਨੇ ਲਾ ਰੱਖਿਆ ਮੋਰਚਾ ਅੱਜ ਉਸ ਮੋਰਚੇ ਦੇ ਵਿੱਚ ਇਹਨਾਂ ਦੀ ਆਪਸ 'ਚ ਹੀ ਕਈ ਸੁਣੀ ਹੋਗੀ। ਮੁੰਡਾ ਬਹੁਤ ਇਹਨਾਂ ਦਾ ਸਪੋਕਸਮੈਨ ਤਕੜਾ ਸੀਗਾ ਬਰਿੰਦਰ ਢਿੱਲੋਂ ਰੂਪੜ ਤੋਂ ਉਹਨੂੰ ਟਿਕਟ 'ਤੇ ਮਿਲੀ ਆ ਟਿਕਟ ਉਹ ਨਹੀਂ ਕੱਟ ਸਕਿਆ। ਅ ਉਹ ਕਹਿੰਦਾ ਕਿ ਜੇ ਸਾਡੇ 'ਚ ਸੱਚ ਨੂੰ ਸੱਚ ਕਹਿਣ ਦਾ ਮਾਦਾ ਨਹੀਂ ਤੇ ਝੂਠ ਨੂੰ ਝੂਠ ਕਹਿਣ ਦਾ ਮਾਦਾ ਨਹੀਂ ਤੇ ਫਿਰ ਕੀ ਫਾਇਦਾ? ਤੇ ਮੈਨੂੰ ਵੀ ਕਿਤੇ ਨਾ ਕਿਤੇ ਇਹ ਲੱਗਦਾ ਕਿ ਜੇ ਤੁਹਾਡੇ 'ਚ ਸੱਚ ਨੂੰ ਸੱਚ ਨਹੀਂ ਕਹਿਣ ਦਾ ਮਾਦਾ ਹੈਗਾ ਜਾਂ ਫਿਰ ਝੂਠ ਨੂੰ ਝੂਠ ਨਹੀਂ ਤੁਸੀਂ ਕਹਿੰਨੇ ਨਾ ਫਿਰ ਤੁਸੀਂ ਚਾਹੇ ਜਿੰਨਾ ਟੜਵਾਂਜ ਕਰ ਲਓ। ਇਹ ਤਾਂ ਟੜਵਾਂਜ ਨਵਜੋਤ ਸਿੰਘ ਸਿੱਧੂ ਕਰ ਰਹੇ ਆ। ਇਮਾਨਦਾਰ ਹੋਵੋਗੇ ਤੁਸੀਂ। ਮੈਂ ਨਹੀਂ ਕਹਿਣਾ ਤੁਸੀਂ ਇਮਾਨਦਾਰ ਨਹੀਂ ਐ ਇਮਾਨਦਾਰ ਹੋਣ ਦੇ ਨਾਲ ਨਾਲ ਜ਼ਿੰਮੇਵਾਰ ਹੋਣਾ ਬਹੁਤ ਜ਼ਰੂਰੀ ਆ ਤੁਹਾਨੂੰ ਮੌਕਾ ਦਿੱਤਾ ਤੁਸੀਂ ਉਸ ਮੌਕੇ ਤੋਂ ਠੱਗ ਗਏ ਤੁਹਾਨੂੰ ਫੇਰ ਮੌਕਾ ਦਿੱਤਾ ਤੁਸੀਂ ਫੇਰ ਉਸ ਮੌਕੇ ਤੋਂ ਠੱਗ ਗਏ ਤੁਹਾਨੂੰ ਪ੍ਰਧਾਨ ਬਣਾਇਆ ਤੁਸੀਂ ਉਸ ਪ੍ਰਧਾਨਗੀ ਚ ਕਹਿੰਦੇ ਸੀ ਮੈਂ 15 ਅਗਸਤ ਤੋਂ ਬਿਸਤਰਾ ਲਾ ਲੈਣਾ ਉਹ ਬਿਸਤਰਾ ਨਹੀਂ ਲੱਗਿਆ ਤੁਸੀਂ ਕੈਪਟਨ ਮਰਿੰਦਰ ਦੇ ਨਾਲ 4.5 ਸਾਲ ਰੋਏ ਤੁਹਾਡੇ ਕੋਲੇ ਜੇ ਉਹ ਗਲਤ ਇੰਨਾ ਹੀ ਗਲਤ ਸੀਗਾ ਤੁਹਾਨੂੰ ਲੱਗਦਾ ਤਾਂ ਤੁਸੀਂ ਕੋਈ ਕਹਿੰਦੇ ਕਿ ਮੈਂ ਪੰਜਾਬ ਲਈ ਲੜਨ ਡਿਆ ਮੇਰੋਂ ਪੰਜਾਬ ਮਾਡਲ ਆ ਮੈਂ ਪੰਜਾਬ ਦੀ ਗੱਲ ਕਰ ਰਿਹਾ ਆ ਤੋ ਫਿਰ ਉਸ ਸਮੇਂ ਉਦੋਂ ਧਰਨਾ ਕਿਉਂ ਨਹੀਂ ਲਾ ਕੇ ਬੈਠਾ ਪੰਜਾਬੀ ਤਾਂ ਕੋਈ ਗੱਲਾਂ ਸੜਕ ਦੇ ਉੱਤੇ ਬਹਿ ਕੇ ਗੱਲ ਕਹਿ ਦਵੇ ਨਾ ਕਿ ਇੱਥੇ ਗਲਤ ਹੋਣ ਦਾ ਤਾਂ ਚਾਰ ਪੰਜਾਬੀ ਨਾਲ ਖੜ ਜਾਂਦੇ ਆ ਬਿਲਕੁਲ ਖੜਦੇ ਆ ਤੁਸੀਂ ਇੱਕ ਗੱਲ ਦੇਖੋ ਨਾ ਤੁਸੀਂ ਹਮੇਸ਼ਾ ਜ਼ੋਰ ਸ਼ੋਰ ਦੇ ਨਾਲ ਕਹਿੰਦੀ ਹੋ ਸਾਰੀ ਗੱਲ ਔਰ ਤੁਸੀਂ ਹਮੇਸ਼ਾ ਜੋ ਮਾਡਲ ਪੰਜਾਬ ਦੇ ਵਿਕਾਸ ਦਾ ਉਹ ਸਿੱਧੂ ਮਾਡਲ ਇੱਕ ਤਰ੍ਹਾਂ ਨਾਲ ਇਦਾਂ ਹੀ ਪ੍ਰੋਜੈਕਟ ਹੁੰਦਾ ਰਿਹਾ ਪ੍ਰੋਜੈਕਟ ਹੋਣ ਲੱਗ ਪਿਆ ਇਹੀ ਪ੍ਰੋਜੈਕਟ ਹੋਣ ਲੱਗ ਪਿਆ ਉਹਨੂੰ ਕਿਸ ਨੇ ਪੰਜਾਬ ਦਾ ਮਾਡਲ ਕਿਹਾ ਨਹੀਂ ਉਸ ਤੋਂ ਬਾਅਦ ਉਹ ਮਾਡਲ ਕਿੱਥੇ ਗਿਆ ਹੁਣ ਜੇ ਤੁਸੀਂ ਨਹੀਂ ਆਏ ਸੱਤਾ ਦੇ ਵਿੱਚ ਉਹ ਮਾਡਲ ਕਿੱਥੇ ਗਿਆ ਤੁਸੀਂ ਤਾਂ ਪੰਜਾਬ ਦੀ ਭਲਾਈ ਚਾਹੁੰਦੇ ਹੋ ਫਿਰ ਕਹਿਣਗੇ ਮੈਨੂੰ ਕੋਈ ਪੁੱਛਦਾ ਨਹੀਂ ਜੇ ਮੈਨੂੰ ਕੋਈ ਪੁੱਛੇ ਤੇ ਮੈਂ ਦੱਸਾਂ ਉਹ ਕੋਈ ਪਲੇਟਫਾਰਮ ਤੇ ਹੋਵੇਗਾ ਜਿੱਥੇ ਤੁਸੀਂ ਆ ਕੇ ਗੱਲ ਦੱਸੋ ਆਪਣੀ ਜਿੱਨਾਂ ਸਿਆਣੇ ਬੰਦਿਆਂ ਨੇ ਗੱਲਾਂ ਕੀਤੀਆਂ ਸਾਡੇ ਸਾਹਮਣੇ ਮੌਜੂਦ ਨੇ ਹਿਸਟਰੀ ਤੋਂ ਵੀ ਦੇਖ ਲਓ ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਉਹਨਾਂ ਨੇ ਪੁੱਛਿਆ ਤਾਂ ਨਹੀਂ ਕਿਸੇ ਨੇ ਉਹ ਆਪੇ ਦੱਸਦੇ ਨੇ ਕਿ ਤੀਦੇ ਤੁਹਾਡੀ ਭਲਾਈ ਆ ਘਰ ਘਰ ਜਾ ਕੇ ਦੱਸਦੇ ਨੇ ਇਕੱਲੇ ਇਕੱਲੇ ਨੂੰ ਰੋਕ ਕੇ ਦੱਸਦੇ ਨੇ ਭੀ ਇਦਾਂ ਕਰ ਲੋ ਇਦਾਂ ਕਰ ਲੋ ਤੁਸੀਂ ਆਕੜ 'ਚ ਮੈਨੂੰ ਕੋਈ ਪੁੱਛੇ ਆਕੜ ਕਿਉਂ ਹੈ ਫਿਰ ਕਹਿਣਗੇ ਮੇਰੇ ਅਕੜ ਨੇ ਜੀ ਅਕੜ ਨੇ ਤੇ ਹੋਰ ਕੀ ਹੈਗਾ ਤੁਸੀਂ ਕਿਸੇ ਨੂੰ ਕੁਝ ਸਮਝਦੇ ਹੀ ਨਹੀਂ ਜੋ ਮੂੰਹ ਆਇਆ ਬੋਲ ਦਿੰਦੇ ਹੋ ਕਿਸੇ ਨੂੰ ਤੁਸੀਂ ਚੋਰ ਕਹਿ ਦਿੰਦੇ ਹੋ ਕਿਸੇ ਨੂੰ ਤੁਸੀਂ ਲੰਡੂ ਕਹਿ ਦਿੰਦੇ ਹੋ ਇਹ ਵੀ ਸਾਡੇ ਸਾਹਮਣੇ ਵੀਡੀਓ ਆਈਆਂ ਨੇ ਨਹੀਂ ਮੈਨੂੰ ਤਾਂ ਜ਼ਿਆਦਾ ਉਹਨਾਂ ਦੀ ਜ਼ੁਬਾਨ ਤਰਾਸ਼ੀ ਦਾ ਕਰਕੇ ਹੀ ਆ ਨਤੀਜੇ ਇਹ ਲੈਂਗੁਏਜ ਆ ਤੁਸੀਂ ਇੱਕ ਐਮਐਲ ਹੋ ਇਹ ਲੈਂਗੁਏਜ ਆ ਤੁਸੀਂ ਸਭ ਦੇ ਸਾਹਮਣੇ ਸਾਡੇ ਨੁਮਾਇੰਦੇ ਬਣ ਕੇ ਆਉਂਦੇ ਹੋ ਇਹ ਕਿਦਾਂ ਦੀ ਭਾਸ਼ਾ ਔਰ ਦੂਜੀ ਗੱਲ ਇਹ ਐਸ ਵਕਤ ਫੇਰ ਤੋਂ ਉਹੀ ਤਿੰਨ ਚਿਹਰੇ ਆ ਰਹੇ ਨੇ ਖੈਰਾ ਸਾਹਿਬ ਖੈਰਾ ਸਾਹਿਬ ਹੋਣੇ ਚਾਹੀਦੇ ਨੇ ਲੀਡਰ ਆਫ ਆਪੋਜੀਸ਼ਨ ਇਹੀ ਗੱਲ ਆ ਰਹੀ ਹੈ ਜਾਖੜ ਸਾਹਿਬ ਹੋ ਸਕਦਾ ਜਦੋਂ ਤੱਕ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਸੀਗੇ ਉਹਨੇ ਐਕਟਿਵ ਨਹੀਂ ਸੀ ਉਹ ਜਦੋਂ ਦਾ ਸੰन्यास ਲੀਤਾ ਉਹ ਜ਼ਿਆਦਾ ਐਕਟਿਵ ਨਹੀਂ ਸ਼ਾਇਦ ਹਰ ਰੋਜ਼ ਚੌਕਾ ਛਿੱਕਾ ਮਾਰਦੇ ਰਹਿੰਦੇ ਉਹਨਾਂ 'ਤੇ ਪਤਾ ਨਹੀਂ ਕਿ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਬਿਲਕੁਲ ਔਰ ਜਦੋਂ ਬੰਦਾ ਨੂੰ ਕੁਰਸੀ ਦੀ ਭੁੱਖ ਨਾ ਹੋਵੇ ਜਾਂ ਅਹੁਦੇ ਦੀ ਭੁੱਖ ਨਾ ਹੋਵੇ ਉਦੋਂ ਜ਼ਿਆਦਾ ਆਜ਼ਾਦੀ ਨਾਲ ਖੇਡਦਾ ਹੋ ਉਹ ਜਾਕਰ ਸਾਹਿਬ ਦਾ ਦਿਖਦਾ ਪਰ ਕਿਤੇ ਨਾ ਕਿਤੇ ਉਹ ਸਟੇਟਮੈਂਟ ਗਲਤ ਆਉਂਦੀ ਹੈ ਤਣਾਅ ਦਿਖਦਾ ਕਿ ਮੈਂ ਮੁੱਖ ਮੰਤਰੀ ਬਣਦਾ ਬਣਦਾ ਰਹਿ ਗਿਆ ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਇਸ ਵਕਤ ਫਿਰ ਉਹ ਹੀ ਤਿੰਨ ਚਿਹਰੇ ਆ ਗਏ ਜਾਕਰ ਸਾਹਿਬ ਸਿੱਧੂ ਸਾਹਿਬ ਤੇ ਤੇ ਉਹੀ ਗੱਲਾਂ ਹੁਣ ਲੱਗ ਪਈਆਂ ਕਿ ਕੌਣ ਬਣੇਗਾ ਪੰਜਾਬ ਦਾ ਪ੍ਰਧਾਨ ਤੇ ਕੌਣ ਬਣੇਗਾ ਲੀਡਰ ਆਫ ਆਪੋਜੀਸ਼ਨ ਗੱਲ ਉਹੀ ਫਿਰ ਉਹੀ ਰਫੜ ਕਾਂਗਰਸ ਦੇ ਅੰਦਰ ਦਾ ਜਿਹੜਾ ਪਹਿਲਾ ਤਮਾਸ਼ਾ ਹੋਇਆ ਸੀ ਇਲੈਕਸ਼ਨਸ ਤੋਂ ਪਹਿਲਾਂ ਉਹੀ ਤਮਾਸ਼ਾ ਫਿਰ ਸ਼ੁਰੂ ਹੋ ਗਿਆ। ਵਾਕੀ ਤੁਹਾਡੀ ਗੱਲ ਬਹੁਤ درست ਆ। ਹੁਣ ਤੁਸੀਂ ਦੇਖ ਲਓ ਕਿ ਜੇ ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਆਂ ਤੇ ਮੈਂ ਉਹ ਤੁਸੀਂ ਬਿਲਕੁਲ ਕਹਿੰਦੇ ਆ ਕਿ ਬਹੁਤ ਜੋਰ ਜੋਸ਼ ਦੇ ਨਾਲ ਜੋ ਕਿਸੇ ਰੈਲੀ ਦੇ ਵਿੱਚ ਗੱਲ ਕਰਦੇ ਸੀ ਤਾਂ ਰੈਲੀ ਦੇ ਉੱਤੇ ਵੀ ਉਹ ਬੈਂਚ ਖੜਕਾ ਖੜਕਾ ਕੇ ਗੱਲ ਕਰਦੇ ਸਨ ਮੈਨੂੰ ਕਾਬੂ ਨਹੀਂ ਸ਼ਾਇਦ ਆਪਣੇ ਆਪ ਤੇ ਡਿਲੀਵਰ ਕਰਦੇ ਸੀ ਬਿਲਕੁਲ ਪਰ ਜੇ ਤੁਹਾਡੇ ਐਡਾਈ ਜੋਸ਼ ਆ ਫਿਰ ਉਹ ਜੋਸ਼ ਨੂੰ ਵਰਤਿਆ ਕਿਉਂ ਨਹੀਂ ਮੈਂ ਪਹਿਲੇ ਕਹਿੰਦੇ ਆ ਤੁਸੀਂ ਕੋਈ ਨਾਰਮਲ ਬੰਦਾ ਖੜ ਚ ਬਹਿ ਕਿਤੇ ਦੱਸੇ ਕਿ ਆਹ ਚੀਜ਼ ਗਲਤ ਹੈ ਨਾ ਤੇ ਚਾਰ ਬੰਦੇ ਨਾਲ ਤੁਰ ਪੈਂਦੇ ਨੇ ਬਿਲਕੁਲ ਸਰ ਹੁਣ ਤੁਹਾਡੇ ਕੋਲੇ ਤੇ ਐਡੀ ਪਾਵਰ ਆ ਤੁਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹੋ ਜੇ ਤੁਸੀਂ ਉਦੋਂ ਨਹੀਂ ਕਹਿ ਸਕੇ ਸੀਗੇ ਜਾਂ ਤੁਸੀਂ ਲੀਡਰ ਹੋ ਤੁਸੀਂ ਬੜੇ ਕ੍ਰਿਸਮੈਟਿਕ ਪਰਸਨੈਲਿਟੀ ਆਪਣੇ ਆਪ ਨੂੰ ਕਹਿੰਦੇ ਹੋ ਤੇ ਜੇ ਫਿਰ ਤੁਸੀਂ ਉਹ ਹੋ ਤਾਂ ਫਿਰ ਪੰਜਾਬ ਦੇ ਨਾਲ ਨਹੀਂ ਖੜੇ ਮੇਰਾ ਕਹਿਣ ਦਾ ਮਤਲਬ ਕਿ ਸਿਰਫ ਮੈਂ ਇਹ ਗੱਲਾਂ ਹਨ ਸੰਜੀਪ ਜੀ ਜੇ ਤੁਸੀਂ ਪੰਜਾਬ ਨੂੰ ਵਾਕੇ ਪਿਆਰ ਕਰਦੇ ਆ ਨਾ ਤੇ ਫਿਰ ਫਿਰ ਤਾਂ ਬਹੁਤ ਹੱਲ ਨੇ ਗੱਲਾਂ ਨੇ ਐਗਜ਼ੈਕਟਲੀ ਤੁਸੀਂ ਇਹ ਕਿਹਾ ਗੱਲਾਂ ਨੇ ਬਿਲਕੁਲ ਠੀਕ ਡਿਲੀਵਰ ਕਿੱਥੇ ਕਰ ਰਹੇ ਹੋ ਇਹ ਦੱਸੋ ਗੱਲਾਂ 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 ਕਿੰਨੀਆਂ ਗੱਲਾਂ ਟਵਿੱਟਰ ਤੇ ਗੱਲਾਂ ਪਬਲਿਕ 'ਚ ਗੱਲਾਂ ਹਰ ਥਾਂ ਦੇ ਉੱਤੇ ਗੱਲਾਂ ਐਕਟਿਵ ਬਹੁਤ ਜ਼ਿਆਦਾ ਹੋ ਗਏ ਨੇ ਜਿਹੜੋਂ ਦੀਆਂ ਇਲੈਕਸ਼ਨਸ ਹਾਰੇ ਨੇ ਜਿਹੜੋਂ ਦੀ ਨਵੀਂ ਗਵਰਨਮੈਂਟ ਆਈ ਕਿ ਮੈਨੂੰ ਲੱਗਦਾ ਕੈਂਪੇਨ ਚੱਲ ਰਹੀ ਹੈ ਕੈਂਪੇਨ ਹੈ ਕਿ ਕੀ ਹੈ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਜਾਣਾ ਹੀ ਜਾਣਾ ਕਿਤੇ ਧਰਨੇ ਦਿੰਦੇ ਹਾਂ ਇਹਨਾਂ ਨੂੰ ਚੱਲਣ ਨਹੀਂ ਦੇਣਾ ਮਹਿੰਗਾਈ ਦੇ ਲਈ ਕੈਂਪੇਨ ਉਹ ਸਾਰੇ ਸਾਲ ਦਾ ਤੁਸੀਂ ਬੈਠੇ ਰਹੇ ਹੋ ਸੱਤਾ ਦੇ ਵਿੱਚ ਕਾਂਗਰਸ ਹੀ ਰਹੀ ਹੈ ਸੈਂਟਰ ਦੇ ਵਿੱਚ ਵੀ ਰਹੀ ਹੈ ਠੀਕ ਹੈ ਪੰਜਾਬ ਦੇ ਵਿੱਚ ਵੀ ਤੁਹਾਨੂੰ ਚਾਂਸਸ ਮਿਲਦੇ ਰਹੇ ਨੇ ਨਾਲ ਅਕਾਲੀ ਗਵਰਨਮੈਂਟ ਰਹੀ ਹੈ ਇਹ ਤਾਂ ਹਜੇ ਜੁਮਾ ਜੁਮਾ 7 ਦਿਨ ਹੋਏ ਨੇ 15 ਦਿਨ ਹੋਏ ਨੇ ਜਾਂ 1 ਮਹੀਨਾ ਵੀ ਨਹੀਂ ਹੋਇਆ ਇੰਨਾ ਨੂੰ ਤੁਸੀਂ ਕਹਿੰਦੇ ਹੋ ਮਹਿੰਗਾਈ ਦੇ ਉੱਤੇ ਕੰਟਰੋਲ ਕਰੋ ਖਜ਼ਾਨੇ ਤੁਸੀਂ ਖਾਲੀ ਕਰਕੇ ਰੱਖ ਦਿੱਤੇ ਪੰਜਾਬ ਦੀਆਂ ਜਾਇਦਾਦਾਂ ਤੁਸੀਂ ਵੇਚ ਕੇ ਰੱਖ ਦਿੱਤੀਆਂ ਪੱਲੇ ਤੁਸੀਂ ਕੱਖ ਛੱਡਿਆ ਨਹੀਂ ਪੰਜਾਬ ਦੇ ਹੁਣ ਕੀ ਕਰਨਾਗੇ ਜਾਦੂ ਕਰ ਦੇਣ ਹੁਣ ਜਿਹੜੇ ਗੱਲ ਇਹ ਵੀ ਹੁੰਦੀ ਨਿਕਲਦੀ ਆ ਕਿ ਜਿਹੜੀਆਂ ਕੋਠੀਆਂ ਚ ਰਹਿੰਦੇ ਸੀਗੇ ਉਹਨਾਂ ਕੋਠੀਆਂ ਦੇ ਵਿੱਚੋਂ ਸਰਕਾਰੀ ਸਮਾਨ ਦੱਸੋ ਇਹ ਮੈਨੂੰ ਲੱਗਦਾ ਇਹ ਤਾਂ ਬਿਲਕੁਲ ਗਾਇਬ ਆ ਕਿਉਂਕਿ ਇਹ ਆਦਤ ਹੀ ਹੁੰਦੀ ਸਾਨੂੰ ਕਿਹੜਾ ਕਿਸੇ ਨੂੰ ਪੱਟਣਾ ਟਰੱਕ ਭਰ ਭਰ ਕੇ ਫਿਰ ਆਪਣੀਆਂ ਨਿੱਜੀਆਂ ਰਿਹائشਾਂ ਚ ਲਿਆ ਜਾਂਦਾ ਬੜੇ ਮਹਿੰਗੇ ਕੂਲਰ ਆਰਡਰ ਕੀਤੇ ਜਾਂਦੇ ਨੇ ਬੜੇ ਮਹਿੰਗੇ ਏਸੀ ਆਰਡਰ ਕੀਤੇ ਜਾਂਦੇ ਨੇ ਡਾਈਨਿੰਗ ਟੇਬਲ ਆਰਡਰ ਕੀਤੇ ਜਾਂਦੇ ਨੇ ਦਵਾਰਾਂ ਤੇ ਲਾਉਣ ਵਾਲੀਆਂ ਫੋਟਾਂ ਬੜੀਆਂ ਮਹਿੰਗੀਆਂ ਤੁਸੀਂ ਜੇ ਕਿਤੇ ਮੌਕਾ ਮਿਲੇ ਤੇ ਇਹਨਾਂ ਦੀਆਂ ਰਿਹائشਾਂ ਦੇ ਉੱਤੇ ਜਾਓ ਤੇ ਤੁਹਾਨੂੰ ਲੱਗਦਾ ਤੁਸੀਂ ਜੰਨਤ 'ਚ ਆ ਗਏ ਸਾਨੂੰ ਵਡਣ ਕਿੱਥੇ ਦੇਣਗੇ ਇਹਨਾਂ ਦੇ ਸਿਕਿਉਰਿਟੀ ਗਾਰਡ ਹਾਲਾਂਕਿ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਉੱਥੇ ਬਿਠਾਇਆ ਸੰਦੋਂ ਨਹੀਂ ਅੰਦਰ ਵਡਣ ਦੇਣਗੇ ਇਹ ਸਾਡੇ ਪੈਸਿਆਂ ਨਾਲ ਹੀ ਮੇਰੇ ਤੇ ਤੁਹਾਡੇ ਪੈਸਿਆਂ ਨਾਲ ਹੀ ਖਰੀਦੀਆਂ ਗਈਆਂ ਚੀਜ਼ਾਂ ਜਿਹੜੇ ਅਸੀਂ ਟੈਕਸ ਦਿੰਦੇ ਹਾਂ ਸਾਰੇ ਪੰਜਾਬ ਦੇ ਲੋਕ ਉਹਨਾਂ ਪੈਸਿਆਂ ਨਾਲੇ ਜਾਇਦਾਦਾਂ ਖਰੀਦੀਆਂ ਜਾਂਦੀਆਂ ਇਹ ਸਮਾਨ ਖਰੀਦੇ ਜਾਂਦੇ ਨੇ ਇਹ ਫਿਰ ਜੇ ਇਹ ਰਿਪੋਰਟ ਆ ਰਹੀ ਨੇ ਕਿ ਆਪਣੇ ਘਰ ਲੈ ਗਏ ਨੇ ਤੁਸੀਂ ਦੱਸੋ ਇਹ ਕੀ ਕਿਰਦਾਰ ਹੈ ਇਹ ਗੱਲ ਤਾਂ ਹੋਈ ਹੋਊਗੀ ਨਾ ਜਿਵੇਂ ਆਪਾਂ ਕਿਸੇ ਹੋਟਲ ਜਾਈਏ ਉੱਥੇ ਕਿਤੋਂ ਤੌਲੀਆਂ ਚੁੱਕ ਕੇ ਲੈ ਆਂਦੇ ਨੇ ਨਹੀਂ ਚਲੋ ਹੋਟਲ ਦੀ ਇਹ ਗੱਲ ਆ ਰੱਖਿਓ ਤੁਸੀਂ ਉਹ ਨਿੱਜੀ ਪੈਸਿਆਂ 'ਚ ਰੁਕੇ ਹੋਏ ਆ ਬਿਲਕੁਲ ਕੋਈ ਸਾਬਣ ਲੈ ਕੇ ਆ ਜਾਂਦਾ ਤੇ ਇੱਥੇ ਤੋਂ ਅਸੀਂ ਤੁਹਾਡੇ ਕਿਰਦਾਰ ਜਿਹੜੇ ਨੇ ਨਾ ਉਹ ਨਿਕਲਦ ਕੇ ਆਉਂਦੇ ਨੇ ਵੀ ਤੁਸੀਂ ਕੀ ਕਰਕਦੇ ਹੋ ਜੇ ਤੁਸੀਂ ਮਹਿਜ ਥੋੜੀਆਂ ਜੀਆਂ ਛੋਟੀਆਂ ਜੀਆਂ ਚੀਜ਼ਾਂ ਨਹੀਂ ਕਰ ਸਕਦੇ ਤੇ ਫਿਰ ਪੂਰਾ ਪੰਜਾਬ ਤੁਹਾਡੇ ਤੁਸੀਂ ਲੁੱਟ ਲਿਆ ਹੈਨਾ ਹੁਣ ਇਹੀ ਤੇ ਗੱਲ ਅਸੀਂ ਕਰ ਰਹੇ ਆ ਕਿ ਇਹ ਕੀ ਹੋ ਸਕਦਾ ਬਿਲਕੁਲ ਸਹੀ ਚਲੋ ਹੁਣ ਆਪਾਂ ਆ ਜਨ ਨੇ ਦੂਸਰੀ ਖਬਰ ਦੇ ਉੱਤੇ ਪੰਜਾਬ ਦੇ ਵਿੱਚ ਅੱਗੋ ਝੋਨਾ ਲੱਗਣਾ ਹਮ ਬਿਜਲੀ ਸੰਕਟ ਦੇ ਉੱਤੇ ਗੱਲਬਾਤ ਵੀ ਜਿਹੜੀ ਹੈ ਉਹ ਤੇ ਹੋ ਰਹੀ ਕਿਉਂਕਿ ਬਹੁਤ ਹੋ ਰਿਹਾ ਤੁਸੀਂ ਵੀ ਦੇਖਿਆ ਹੋਣਾ ਕਿ ਸ਼ਹਿਰ ਗਲੰਦਾ ਦੇ ਵਿੱਚ ਆਪਾਂ ਬੈਠੇ ਆ ਇੱਥੇ ਵੀ ਹੁਣ ਕੱਟ ਲੱਗਣੇ ਸ਼ੁਰੂ ਹੋ ਗਏ ਪ੍ਰੋਪਰ ਕੱਟ ਲੱਗਦੇ ਨੇ ਔਰ ਲੱਗਣ ਵੀ ਕਿਉਂ ਨਾ ਕਿਉਂਕਿ ਬਿਜਲੀ ਹੈ ਨਹੀਂ ਹੈ ਨਾ ਕੋਲਾ ਨਹੀਂ ਹੈਗਾ ਸਾਡੇ ਕੋਲੇ ਅਸੀਂ ਜਿਹੜਾ ਰਿਜ਼ਰਵ ਪੂਲ ਸਰਵਰਡ ਪਲੈਂਟ ਬੰਦ ਪਹਿਲੇ ਹਾਂ ਥਰਮਲ ਪਲੈਂਟ ਬੰਦ ਪਏ ਨੇ ਰਿਜ਼ਰਵ ਪੂਲ ਸਿਗਾ ਅਸੀਂ ਉਹਦੇ ਕੋ ਉਹਦੇ ਤੋਂ ਵੀ ਬਿਜਲੀ ਮੰਗੀ ਉਹ ਵੀ ਨਾ ਹੋ ਗਈ ਆ ਤਾਂ ਫਿਰ ਚਲੋ ਉਹ ਲੱਗਣੇ ਸੁਭਾਪਕ ਨੇ ਪਰ ਅੱਜ ਜਿਹੜੇ ਸਾਡੇ ਜਿਹੜੇ ਹਰਪਜਨ ਸਿੰਘ ਐਟੀਓ ਆ ਉਹ ਸੈਂਟਰ ਮਿਨਿਸਟਰ ਨੂੰ ਮਿਲਦੇ ਨੇ ਸੈਂਟਰ ਮਿਨਿਸਟਰ ਕਹਿੰਦਾ ਕਿ ਜਿਹੜੀ ਝੋਨੇ ਦੀ ਜਿਹੜੀ ਲਾਉਣੀ ਆ ਉਹਦੇ ਲਈ ਤੁਹਾਨੂੰ ਕੋਲਾ ਜਿਹੜਾ ਆ ਉਹ 15 ਤੋਂ 20 ਜਿਹੜਾ ਕੇਰ ਆ ਉਹ ਮਿਲ ਜਾਏਗਾ ਮਿਲ ਜਾਏਗਾ ਤਾਂ ਇੱਕ ਚੰਗੀ ਖਬਰ ਆ ਮੈਨੂੰ ਲੱਗਦਾ ਕਿ ਚਲੋ ਜੇ ਇਦਾਂ ਹੋ ਜਾਏਗਾ ਪਰ ਹੁਣ ਇਹ ਗੱਲ ਆ ਕਿ ਇਹਦੇ ਦਾ ਪੱਕਾ ਪੱਕਾ ਇਹਦਾ ਹੱਲ ਕੀ ਹੋ ਸਕਦਾ ਕਿਉਂਕਿ ਹਰ ਸਾਲ ਇਦਾਂ ਪਿੱਛੇ ਜਿਹੜੇ ਦੋ ਤਿੰਨ ਸਾਲਾਂ ਤੋਂ ਦੇਖ ਲਓ ਇਹ ਸੰਕਟ ਬਹੁਤ ਵਧਾ ਜਾਂਦਾ ਗਹਿਰਾ ਹੁੰਦਾ ਜਾ ਰਿਹਾ ਹੱਲ ਤਾਂ ਇਹਦਾ ਇਹੀ ਆ ਦੇਖੋ ਇੱਕ ਹੁੰਦੀ ਐ ਜਿੱਦਾਂ ਸਾਡੇ ਬਜ਼ੁਰਗ ਵੀ ਸਮਝਾਉਂਦੇ ਨੇ ਇੱਕ ਹੁੰਦੀ ਐ ਨੀਤੀ ਤੇ ਇੱਕ ਹੁੰਦੀ ਐ ਨੀਅਤ ਜੇ ਨੀਅਤ ਸਹੀ ਆ ਤਾਂ ਨੀਤੀ ਸਹੀ ਬਣੂਗੀ ਨiyet ਸਹੀ ਨਹੀਂ ਹੈ ਨੀਤੀ ਨਹੀਂ ਸਹੀ ਬਣੂਗੀ ਜੇ ਪੰਜਾਬ ਨੂੰ ਥੱਲੇ ਲਾ ਕੇ ਰੱਖਣਾ ਜੀ ਇਹਨੂੰ ਚੱਲਣ ਨਹੀਂ ਦੇਣਾ ਤਾਂ ਵਾਕਈ ਨੀਤੀਆਂ ਤੁਸੀਂ ਉਦਾਂ ਦੀਆਂ ਬਣਾਓਗੇ ਕਿਉਂਕਿ ਨiyet ਸਹੀ ਨਹੀਂ ਹੈ ਪਰ ਜਦੋਂ ਤੁਸੀਂ ਨiyet ਨਾਲ ਚੱਲਦੇ ਹੋ ਤਾਂ ਫਿਰ ਨੀਤੀ ਆਪਣੇ ਆਪ ਸਹੀ ਬਣਦੀ ਹੈ ਇਹਦਾ ਕੋਈ ਹੱਲ ਨਹੀਂ ਹੈ ਇਹਦਾ ਹੱਲ ਇਹ ਹੈ ਕਿ ਜੇ ਅਸੀਂ ਹੱਲ ਕਰਨਾ ਚਾਹੁੰਦੇ ਹਾਂ ਜਿਵੇਂ ਚੰਡੀਗੜ੍ਹ ਦਾ ਮਸਲਾ ਹੈ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਹੋਰ ਪੰਜਾਬ ਦੇ ਮਸਲੇ ਨੇ ਇਹ ਜੇ ਹੱਲ ਕਰਨੇ ਨੇ ਤਾਂ ਹੱਲ ਹੋਣੇ ਨੇ ਜੇ ਹੱਲ ਨਹੀਂ ਕਰਨੇ ਵਿੱਚ ਡੇਢ ਕ ਪਾ ਕੇ ਰੱਖਣਾ ਤਾਂ ਪਾਈ ਰੱਖੋ ਬਿਜਲੀ ਦਾ ਸੰਕਟ ਵੀ ਹੋਵੇਗਾ ਜੇ ਨਹੀਂ ਹੱਲ ਕਰਨਾ ਤਾਂ ਨਹੀਂ ਹੱਲ ਹੋਊਗਾ ਜੇ ਹੱਲ ਕਰਨਾ ਤੇ ਕਿਤਨਾ ਕਿਤੋਂ ਰਾਹ ਨਿਕਲ ਆਉਂਦਾ ਅਸੀਂ ਆਪਸ ਵਿੱਚ ਨਹੀਂ ਕਰਦੇ ਮੰਨ ਲਓ ਆਪਾਂ ਕਿਤੇ ਰੋਟੀ ਲੈ ਕੇ ਗਏ ਆ ਤੇ ਜਿਹੜਾ ਨਾਲ ਦਾ ਸਾਥੀ ਉਹਦੇ ਕੋਲ ਰੋਟੀ ਨਹੀਂ ਹੈਗੀ ਅਸੀਂ ਤਿੰਨ ਜਣੇ ਲੈ ਕੇ ਗਏ ਆ ਆਪਣੇ ਆ ਹੀ ਯਾਰ ਤੂੰ ਕਿਉਂ ਭੁੱਖਾ ਬੈਠੇਗਾ ਆਪਾਂ ਥੋੜੀ ਥੋੜੀ ਕਰਕੇ ਘੱਟ ਖਾ ਲਾਂਗੇ ਤਾਂ ਕੀ ਹੋ ਜਾਊਗਾ ਢਿੱਡ ਦਾ ਸਾਰਿਆਂ ਦਾ ਭਰ ਹੀ ਜਾਊਗਾ ਨਾ ਇੰਨਾ ਕੁ ਤਾਂ ਹੋ ਜਾਊਗਾ ਕਿ ਅਗਾ ਆਪਾਂ ਅਗਲੇ ਅਗਲੇ ਨੈਕਸਟ ਸਟਾਪੇਜ ਤੇ ਪਹੁੰਚ ਕੇ ਉੱਥੋਂ ਕੁਝ ਹੋਰ ਮੰਗਵਾ ਲਾਂਗੇ ਫਿਲਹਾਲ ਤੇ ਆਪਾਂ ਢਿੱਡ ਭਰ ਲੈਂਦੇ ਸਾਰੇ ਜਣੇ ਮਿਲ ਕੇ ਅਸੀਂ ਕਰਦੇ ਨਹੀਂ ਮਿਲ ਕੇ ਖਾਂਦੇ ਨਹੀਂ ਪਤਾ ਗੱਲ ਕੀ ਆ ਹੁਣ ਬਾਕੀ ਤੁਹਾਡੀਆਂ ਜਿਹੜੀਆਂ ਐਗਜ਼ਾਮਪਲਾਂ ਨੇ ਬਹੁਤ ਸੋਹਣੀਆਂ ਐਗਜ਼ਾਮਪਲਾਂ ਹਨ ਉਦਾਹਰਨਾਂ ਤੁਸੀਂ ਲੈ ਕੇ ਦਰਦੇ ਆ। ਮਤਲਬ ਇਹ ਹੈ ਨਾ ਹੁਣ ਆਪਾਂ ਜਿੱਦਾਂ ਆਪਾਂ ਨਿੱਕੇ ਹੁੰਦੇ ਹੁਣ ਤਾਂ ਇੰਨਾ ਰਿਹਾ ਨਹੀਂ ਹੈਗਾ ਨਿੱਕੇ ਹੁੰਦੇ ਜਦੋਂ ਰੇਲ ਗੱਡੀ 'ਚ ਜਾਂਦੇ ਹੁੰਦੇ ਸੀ। ਤਾਂ ਦੁਪਹਿਰ ਨੂੰ ਰੋਟੀ ਦਾ ਟਾਈਮ ਹੋਣਾ ਉਹ ਸਾਰਿਆਂ ਨੇ ਆਪਣੇ ਆਪਣੇ ਡੱਬੇ ਖੋਲ੍ਹ ਲੈਣੇ ਤੇ ਸਾਰੇ ਡੱਬੇ 'ਚ ਅਚਾਰ ਦੀ ਅੰਬ ਦੇ ਅਚਾਰ ਦੀ ਖੁਸ਼ਬੂ ਤੁਸੀਂ ਵੀ ਲਵੋ ਨਾ ਅਸੀਂ ਕਰੇਲੇ ਬਣਾਏ ਸੀ ਤੁਸੀਂ ਵੀ ਲਵੋ ਨਾ ਅਸੀਂ ਭਿੰਡੀਆਂ ਬਣਾਇਆ ਸੀ ਆ ਖਾ ਕੇ ਦੇਖੋ ਸਾਡੇ ਬੜੇ ਸਵਾਦ ਨੇ। ਆਪਸ ਚ ਜਿਹੀ ਰੋਟੀ ਵੰਡ ਕੇ ਖਾਂਦੇ ਸੀ ਕਿਸੇ ਨੇ ਨਹੀਂ ਵੀ ਲਿਆਂਦੀ ਹੁੰਦੀ ਤੂੰ ਆ ਜਾ ਯਾਰ ਤੂੰ ਵੀ ਤਾਂ ਖਾ ਲੈ ਨਹੀਂ ਲਿਆਂਦੀ ਕੋਈ ਉਹ ਸਾਰਿਆਂ ਨੇ ਮਿਲ ਕੇ ਖਾਣੇ ਉਹ ਪੂਰਾ ਡੱਬਾ ਇੱਕ ਪਰਿਵਾਰ ਲੱਗਦਾ ਸੀ ਮੈਨੂੰ ਬਹੁਤ ਵੀ ਮੈਨੂੰ ਉਹ ਲੱਗਦਾ ਕਿ ਉਹ ਸਿਸਟਮ ਜਿਹੜਾ ਨਾ ਚਲੋ ਇੱਕ ਤਾਂ ਇਹ ਕਹਿ ਲਓ ਕਿ ਚੇਂਜ ਹੋ ਗਿਆ ਇਕਨੋਮੀ ਹੋ ਗਿਆ ਹਣਾ ਹੁਣ ਕਲਾਸਾਂ ਬਦਲ ਗਈਆਂ ਚਲੋ ਅਬ ਛੋਟੀ ਜਿਹੀ ਹਜ਼ਾਰਾਂ ਹੱਲੇ ਵੀ ਲੈ ਲੈਨੇ ਪਿੰਡ ਦੇ ਵਿੱਚ ਨਾ ਹਜੇ ਵੀ ਪਿੰਡਾਂ ਦੇ ਵਿੱਚ ਸਿਸਟਮ ਹੈਗਾ ਜਾਂ ਸ਼ਹਿਰਾਂ ਦਾ ਮੈਨੂੰ ਪਤਾ ਨਹੀਂ ਮੈਂ ਪਿੰਡ ਤੋਂ ਆਣਾ ਪਿੰਡਾਂ ਦੇ ਵਿੱਚ ਸਿਸਟਮ ਹੈਗਾ ਜੇ ਕੋਈ ਪਰੋਣਾ ਆ ਗਿਆ ਨਾ ਤੁਹਾਡੀ ਗਲੀ ਚ ਤੇ ਬਾਈਚਾਸ ਤੋਂ ਤੁਸੀਂ ਕਰ ਨਹੀਂ ਹੈਗੇ ਪਰੋਣਾ ਤੁਹਾਡੇ ਆਇਆ ਭਾਈ ਉਹ ਗਵਾਂਡੀਆਂ ਨੇ ਚਾਹ ਪਾਣੀ ਸਭ ਕੁਝ ਉਹਦਾ ਕਰਨਾ ਉਹਦਾ ਹੀ ਕਰਨਾ ਜਿੰਦਾ ਅਸੀਂ ਕਰਦੇ ਹਾਂ ਸੋ ਇਹ ਇੱਕ ਤਰੀਕਾ ਆ ਕਿ ਤੁਸੀਂ ਭਾਈਚਾਰਕ ਸਾਂਝ ਆ ਹੁਣ ਇਹ ਭਾਈਚਾਰਕ ਸਾਂਝ ਜਿਹੜੀ ਆ ਨਾ ਇਹ ਪੋਲਿਟੀਕਲ ਪਾਰਟੀਆਂ ਦੇ ਵਿੱਚ ਨਹੀਂ ਰਹੀ ਹੈਗੀ ਪੋਲਿਟੀਕਲ ਪਾਰਟੀਆਂ ਐਂਡੀਆਂ ਡਿੱਗ ਗਈਆਂ ਨੇ ਇਹਨਾਂ ਦੇ ਵਿੱਚ ਸਾਂਝ ਜ਼ਰੂਰ ਹੈਗੀ ਆ ਰਾਤ ਨੂੰ ਇਹ ਪਿਆਲੀ ਖੜਕਾ ਲੈਂਦੇ ਹੁਣੇ ਆ ਕਿਉਂਕਿ ਆਪਕਸਰ ਸੁਣਿਆ ਕਿ ਸਿਸਮਾ ਤੇ ਸੁਖ ਵਿਲਾਸ ਬਹੁਤ ਲਾਗੇ ਲਾਗੇ ਆ ਤੇ ਪਾਰਟੀਆਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਦੋਨੇ ਇੱਕ ਦੂਸਰੇ ਦੇ ਇਨਵਾਈਟਡ ਵੀ ਹੁੰਦੇ ਸੀਗੇ ਹੁਣ ਇਹ ਕਿਸੇ ਹੋਰ ਤਰੀਕੇ ਦੀ ਸਾਂਝ ਪਰ ਲੋਕਾਂ ਦੇ ਵਿੱਚ ਇਹਨਾਂ ਨੇ ਸਾਂਝ ਖਤਮ ਕਰ ਦਿੱਤੀ ਆ ਮੈਂ ਬਹੁਤ ਵਾਰ ਦੇਖਦਾ ਹੁੰਨਾ ਕਿ ਸਾਡੇ ਘਰ ਦੇ ਵੀ ਕਹਿੰਦੇ ਜੀ ਨਹੀਂ ਨਹੀਂ ਫਲਾਨੀ ਪਾਰਟੀ ਵਾਲੇ ਅਸੀਂ ਆ ਉਹ ਕਹਿੰਦੇ ਜੀ ਫਲਾਨੀ ਪਾਰਟੀ ਵਾਲੇ ਜਸਦੀ ਆਂਟੀ ਆ ਪਿੱਛੇ ਤੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖੋ ਕੀ ਹੋਇਆ ਆਪ ਦੀ ਜਿੱਤ ਦੇ ਉੱਤੇ ਉਹਨਾਂ ਨੇ ਕਿਤੇ ਨਾਰੇਬਾਜੀ ਕਰ ਲਈ ਤੇ ਦੂਸਰੀ ਪਾਰਟੀ ਦੇ ਨਾਲ ਲੜਾਈ ਹੋ ਗਈ ਤਾਂ ਫਿਰ ਕੀ ਆਪਸ ਦੇ ਵਿੱਚ ਮਾਰੋਮਾਰੀ ਹੋ ਗਈ ਇਹ ਮਾਰੋ-ਮਾਰੀ ਹੁੰਦੇ ਆ ਪਰ ਦੂਸਰੇ ਪਲੇਟਫਾਰਮ ਦੇ ਉੱਤੇ ਰਾਜਾ ਵੜਿੰਗ ਸਾਹਿਬ ਫਿਰ ਭਗਵਾਨ ਜਤਮਾਨ ਨੂੰ ਪੂਰੀ ਕੈਂਪੇਨ ਦੇ ਵਿੱਚ ਐਡੀਆਂ ਖਰੀਆਂ ਖੋਟੀਆਂ ਸੁਣਾਉਂਦੇ ਰਹੇ ਪਤਾ ਇਹ ਨਹੀਂ ਲੱਗਿਆ ਕੀ ਹੋਇਆ ਤੇ ਫਿਰ ਆਪਣੀ ਘਰ ਵਾਲੀ ਅਮਰਤਾ ਕੌਰ ਵੜਿੰਗ ਦੇ ਨਾਲ ਜਾਂਦੇ ਆ ਆਫਿਸ ਤੇ ਵੱਡਾ ਸਾਰਾ ਗੁਲਦਸਤਾ ਲੈ ਕੇ ਜੱਫੀ ਪਾ ਕੇ ਮਿਲ ਲੈਂਦੇ ਨੇ ਸਭ ਤਮਾਸ਼ੇ ਜਨਤਾ ਨੂੰ ਦਿਖਾਉਣ ਵਾਸਤੇ ਹੁੰਦੇ ਨੇ ਇਹ ਤਮਾਸ਼ੇ ਲਗਾਤਾਰ ਚੱਲਦੇ ਪਏ ਨੇ ਹੁਣ ਜਨਤਾ ਇਹਨਾਂ ਤਮਾਸ਼ਿਆਂ ਨੂੰ ਸਮਝਣ ਲੱਗ ਪਈ ਐ ਚੰਗੀ ਤਰ੍ਹਾਂ ਸਮਝਣ ਲੱਗ ਪਈ ਐ ਤੁਸੀਂ ਆ ਦੇਖਿਆ ਨਾ ਇੱਕ ਕਲੀਨ সুইਪ ਦਿੱਤੀ ਆਮ ਆਦਮੀ ਪਾਰਟੀ ਨੂੰ ਲੈ ਕੇ ਆ ਗਈ ਜਨਤਾ ਇਹਨਾਂ ਨੂੰ ਘਰ ਬਿਠਾਦਾ ਸਾਰਿਆਂ ਨੂੰ ਜੌਬਲੈਸ ਕਰ ਦਿੱਤਾ ਹੁਣ ਆਮ ਆਦਮੀ ਪਾਰਟੀ ਦੀ ਕੀ ਰਿਸਪੌਂਸਿਬਿਲਟੀ ਆ ਉਹ ਸਾਹਮਣੇ ਆਉਣੀ ਹੈ ਕਿਉਂ ਨਹੀਂ ਅਸੀਂ ਪਾਰਟੀ ਪੋਲਿਟਿਕਸ ਤੋਂ ਉੱਤੇ ਉੱਠਦੇ ਕਿਉਂ ਨਹੀਂ ਅਸੀਂ ਪਾਰਟੀ ਲਾਈਨ ਤੋਂ ਉੱਤੇ ਉੱਠਦੇ ਕਿਉਂ ਨਹੀਂ ਅਸੀਂ ਸਾਰੇ ਇਕੱਠੇ ਹੋ ਜਾਂਦੇ ਜੇ ਅਸੀਂ ठान ਲਿਆ ਕਿ ਅਸੀਂ ਆਪਣੇ ਪੰਜਾਬ ਨੂੰ ਬਣਾਉਣਾ ਹੈ ਜੇ ਤੋ ठान ਲੈਨੇ ਅਸੀਂ ਆਪਣੇ ਭਾਰਤ ਨੂੰ ਬਣਾਉਣਾ ਹੈ ਦਿੱਕਤ ਕੀ ਹੈ ਸਰਜੀਵ ਤੁਸੀਂ ਇੱਕ ਗੱਲ ਸੁਣੀ ਹੋਣੀ ਹੈ ਜੀ ਕਹਿੰਦੇ ਹੁੰਦੇ ਖਾਜਦਾ ਤੇ ਰਾਜ ਦਾ ਆਪਣਾ ਹੀ ਮਜਾ ਆ। ਸੋ ਇਹ ਪੋਲਿਟਿਕਲ ਪਾਰਟੀਆਂ ਨੇ ਇਹ ਜਿਹੜੀ ਗੱਲ ਹਨਾ ਆਪਣੇ ਪੱਲੇ ਬੰਨ੍ਹ ਲਈ ਹੈ ਕਿ ਖਾਜ ਤੇ ਰਾਜ ਆਪੋ ਆਪਣਾ ਹੀ ਕਰਨਾ ਹੈ। ਹੂੰ ਚਾਹੇ ਅਸੀਂ ਮੈਂ ਆਪ ਪਹਿਲਾਂ ਵੀ ਕਿਹਾ ਕਿ ਰਾਤ ਨੂੰ ਪਾਰਟੀਆਂ ਇਕੱਠੀਆਂ ਕਰ ਲਈਏ। ਹੁਣ ਮੁੱਦੇ ਬਹੁਤ ਨੇ। ਹੁਣ ਸਭ ਤੋਂ ਪਹਿਲਾਂ ਜਿਹੜੀ ਅੱਜ ਖਬਰ ਉੱਡਦੀ ਵੀ ਸੀ ਕਿ 9 ਅਪ੍ਰੈਲ ਨੂੰ ਜਿਹੜੇ ਟੀਚਰ ਯੂਨੀਅਨ ਨੇ EG TET ਪਾਸ ਅਧਿਆਪਕ ਨੇ ਉਹ ਭਗਵੰਤ ਮਾਨ ਦੀ ਕੋਟੀ ਦਾ ਕਰਾ ਕਰਨਗੇ। ਬਿਲਕੁਲ ਹਨਾ। ਸੋ ਇੱਕ ਮੈਨੂੰ ਲੱਗਦਾ ਕਿ ਮੁੱਦੇ ਉੱਥੇ ਤੇ ਉੱਥੇ ਖੜੇ ਨੇ। ਪੁਰਾਣੇ ਮੁੱਦੇ ਨਵੇਂ ਰੂਪ ਹਮੇਸ਼ਾ ਇਹੀ ਹੁੰਦਾ ਰਿਹਾ ਮੁੱਦੇ ਕਿਸੇ ਨੇ ਹੱਲ ਨਹੀਂ ਕੀਤੇ ਹੁਣ ਜੇ ਹੋ ਜਾਣ ਤਾਂ ਬਹੁਤ ਵਧੀਆ ਕਿਉਂਕਿ ਐਡੀ ਵੱਡੀ ਰਿਸਪੌਂਸਿਬਿਲਟੀ ਦਿੱਤੀ ਹੈ ਟੀਚਰਸ ਦਾ ਮੁੱਦਾ ਹੈ ਡਰਾਈਵਰਸ ਜਿਹੜੇ ਹੈਗੇ ਨੇ ਸਰਕਾਰੀ ਉਹਨਾਂ ਦਾ ਮੁੱਦਾ ਹੈ ਪੱਕੇ ਕਰਨ ਦੇ ਨੇ ਜਿਹੜੇ ਮੁਲਾਜ਼ਮ ਉਹਨਾਂ ਦਾ ਮੁੱਦਾ ਹੈ ਜੀ ਜਿਹੜੇ ਇੰਡਸਟਰੀ ਦੇ ਵਿੱਚ ਵਰਕਰਸ ਕੰਮ ਕਰਦੇ ਨੇ ਉਹਨਾਂ ਦਾ ਮੁੱਦਾ ਹੈ ਖੇਤ ਮਜ਼ਦੂਰਾਂ ਦਾ ਮੁੱਦਾ ਹੈ ਇੰਡਸਟਰੀ ਲੈ ਕੇ ਆਉਣੀ ਹੈ ਉਹਦਾ ਮੁੱਦਾ ਹੈ ਬੇਰੋਜ਼ਗਾਰੀ ਦੂਰ ਕਰਨੀ ਮਹਿੰਗਾਈ ਨੂੰ ਠੱਲ ਪਾਣੀ ਉਹਦਾ ਮੁੱਦਾ ਹੈ ਖਜ਼ਾਨੇ ਦਾ ਕੀ ਕਰਨਾ ਉਹਦਾ ਮੁੱਦਾ ਹੈ ਤੁਸੀਂ ਬੈਜੋ ਸਾਡਾ ਪ੍ਰੋਗਰਾਮ ਮੁੱਕ ਜਾਣਾ ਮੁੱਦੇ ਨਹੀਂ ਮੁੱਕਣੇ ਸਵੇਰ ਤੋਂ ਸ਼ਾਮ ਤੱਕ ਪੂਰਾ ਦਿਨ ਮੁੱਕ ਜਾਣਾ ਮੁੱਦੇ ਨਹੀਂ ਮੁੱਕਣੇ ਇੰਨੇ ਮੁੱਦੇ ਇਕੱਠੇ ਹੋ ਗਏ ਨੇ ਇੱਕੋ ਦਮ ਪੰਡ ਮਾਨ ਸਾਹਿਬ ਜਿਹੜੇ ਸਾਡੇ ਸੀਐਮ ਨੇ ਉਹਨਾਂ ਦੇ ਸਿਰ ਦੇ ਉੱਤੇ ਰੱਖੀ ਗਈ ਹੈ ਇਹਨਾਂ ਸਾਰੇ ਮੁੱਦਿਆਂ ਦੀ ਤੇ ਨਾਲ ਧਰਨੇ ਸ਼ੁਰੂ ਆਪੋਜੀਸ਼ਨਸ ਦੇ ਪ੍ਰੈਸ਼ਰ ਸ਼ੁਰੂ ਕੋਈ ਹਰ ਕੰਮ ਤਾਂ ਕਰ ਲੈਣ ਤੋਂ ਕਮ ਸੇ ਕਮ ਚਲੋ ਇਹ ਵਾਹੇ ਇਹ ਇਹ ਤੇ ਕਹਿ ਲੋ ਕਿ ਪੰਜਾਬ ਦੇ ਵਿੱਚ ਨਾ ਰਹਿਤਲ ਆ ਰਹਿਤਲ ਇਹ ਇਹ ਨਾ ਇਹ ਹੁਣਾ ਇਦਾਂ ਹੀ ਆ ਹੁਣ ਇਹ ਤਾਂ ਹੈ ਕਿ ਸਖਤਤ ਹੋਣਾ ਹੀ ਪੈਣਾ ਹੈ ਔਰ ਕਰੜੇ ਹੋ ਕੇ ਮਾਨ ਸਾਹਿਬ ਕਰਲੈਂਡ ਤੇ ਬਹੁਤ ਸੋਹਣੀ ਗੱਲ ਬਹੁਤ ਵਧੀਆ ਗੱਲ ਹੋਏਗੀ ਹੁਣ ਇੱਕ ਇਹ ਵੀ ਮੁੱਦਾ ਆ ਕਿ ਮੋਗੇ ਵਾਲੇ ਪਿੰਡ ਵਾਲੇ ਕਹਿੰਦੇ ਨੇ ਕਿ ਲਗਾਤਾਰ ਮਾਈਨਿੰਗ ਜਿਹੜੀ ਹੈ ਜਿਹੜੀ ਰੇਤਾ ਭਰੀ ਜਾਂਦੀਆਂ ਟਰਾਲੀਆਂ ਉਹ ਲਗਾਤਾਰ ਹੋਣ ਡਈਆਂ ਇੱਕ ਆਪਣੇ ਆਪ ਦੇ ਵਿੱਚ ਵੀ ਚਿੰਤਾ ਦਾ ਵਿਸ਼ਾ ਆ ਤੇ ਇੱਕ ਪਿੰਡ ਦੀ ਤੇ ਮੈਂ ਖਬਰ ਪੜ੍ਹਦਾ ਸੀ ਮੋਗੇ ਦੇ ਗੋਲੀ ਆ ਕਹਿੰਦੇ ਜੀ ਰਾਤ ਨੂੰ ਪੂਰੀ ਰਾਤ ਜਿਹੜੇ ਇਹ ਮਾਈਨਿੰਗ ਵਾਲੇ ਨੇ ਇਹ ਕਹਿੰਦੇ ਜੀ ਬੰਦੂਕਾਂ ਲੈ ਕੇ ਪਿੰਡ ਚ ਤੁਰੇ ਫਿਰਦੇ ਰਹੇ ਮੰਦੂਕਾ ਇਸ ਕਰਕੇ ਕਿਉਂਕਿ ਲੋਕਾਂ ਨੂੰ ਜੇ ਕਿਸੇ ਗਰੀਬ ਨੇ ਕਹਿ ਦਿੱਤਾ ਤੇ ਉਹਨੂੰ ਹੈ ਮਾਰ ਦੋ ਡਰ ਡਰ ਕਾਇਮ ਰੱਖਣਾ ਜ਼ਰੂਰੀ ਹੁੰਦਾ ਮਾਰਨਾ ਤਾਂ ਕੀ ਹੈ ਉਹ ਤਾਂ ਬਾਅਦ ਦੀ ਗੱਲ ਹੈ ਬੰਦੂਕ ਦੇਖ ਕੇ ਬੰਦਾ ਵੈਸੇ ਨਹੀਂ ਕੁੱਸਕਦਾ ਕਿ ਐਵੇਂ ਕਿਸੇ ਨੇ ਧਰ ਦਿੱਤਾ ਤੇ ਕੋਈ ਫਾਇਦਾ ਨਹੀਂ ਹੁੰਦਾ ਕੀ ਫਾਇਦਾ ਪੰਗਾ ਲੈਣ ਦਾ ਤਾਂ ਇਸ ਕਰਕੇ ਉਹ ਵੀ ਡਰ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਕਈ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਵੱਡੇ ਰਸੂਕਦਾਰ ਲੋਕਾਂ ਦਾ ਕਬਜ਼ਾ ਉਹ ਵੀ ਨਾਲ ਮੁੱਦਾ ਔਰ ਕਈ ਐਸੇ ਇਲਾਕੇ ਉਹਨਾਂ 'ਤੇ ਕਬਜ਼ਾ ਜਿੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ ਹਾਲੇ ਕੀ ਪੰਚਾਇਤ ਮੰਤਰੀ ਨੇ ਕਹਿ ਦਿੱਤਾ ਕਿ ਮੈਂ ਇਹ ਮੁੱਦੇ ਕਿ ਮੈਂ ਅਸੀਂ ਜਿਹੜੀਆਂ ਦੱਬੀਆਂ ਹੋਈਆਂ ਜ਼ਮੀਨਾਂ ਨੇ ਪੰਚਾਇਤੀ ਉਹਨਾਂ ਦੇ ਉੱਤੇ ਹੱਲ ਕਰਾਂਗੇ ਹੱਲ ਕਰਾਂਗੇ ਉਹ ਰਿਕਾਰਡਸ ਮੰਗਵਾਉਣੇ ਉਹ ਫਰਦਾਂ ਦੇਖਣੀਆਂ ਬਹੁਤ ਡਿਟੇਲਡ ਵਰਕ ਆ ਕਿਉਂਕਿ ਜਿਹੜੇ ਬੰਦੇ ਕਬਜ਼ੇ ਕਰਦੇ ਨੇ ਉਹ ਕਿਤੇ ਮਤਲਬ ਪੱਕੇ ਪੈਰੀ ਹੋ ਕੇ ਸਭ ਕੁਝ ਕਰਦੇ ਨੇ ਕੱਚੇ ਕਾਗਜ਼ ਦਾ ਕਦੀ ਤਿਆਰ ਨਹੀਂ ਕਰਦੇ ਉਹਨਾਂ ਨੂੰ ਪਤਾ ਹੈ ਜੋ ਠੱਗੀ ਮਾਰਨ ਲੱਗੇ ਆ ਤਾਂ ਪੁਖਤਾ ਕਾਗਜ਼ ਤਿਆਰ ਕਰਦੇ ਨੇ ਕਿੱਦਾਂ ਆਪਣੇ ਆਪ ਨੂੰ ਸੌਲਡ ਤਿਆਰ ਕਰਨਾ ਹਰ ਚੀਜ਼ ਲੀਗਲ ਲੱਗੇ ਉਹਨਾਂ ਨੂੰ ਤੋੜਨਾ ਫਿਰ ਤੁਹਾਡਾ ਕੀ ਮਤਲਬ ਹੈ ਕਿ ਉਹ ਜਦੋਂ ਕਹਿ ਦੇਣਗੇ ਛੱਡ ਦੇ ਤੇ ਛੱਡ ਦੇਣਗੇ ਕਬਜ਼ੇ ਕੋਰਟਾਂ 'ਚ ਜਾਣਗੇ ਜ਼ਮੀਨੀ ਮੁਕਦਮੇ ਦਿਵਾਨੀ ਮੁਕਦਮੇ ਹੋਣਗੇ ਉੱਥੇ ਨਵਾਂ ਮਜਮਾ ਲੱਗਣਾ ਸੋ ਇਹ ਕਿਹੜਾ ਛੋਟੇ-ਛੋਟੇ ਮਸਲੇ ਨੇ ਔਰ ਇੰਨੇ ਸਾਲਾਂ ਦੇ ਕਰੋਨਾ ਕੇਸ ਪੈਂਡਿੰਗ ਪਏ ਹੋਏ ਨੇ ਉਹ ਵੀ ਚੱਲਦਾ ਪਿਆ ਨਾਲ ਮਜੀਠੀਆ ਸਾਹਿਬ ਦੀ ਗੱਲ ਜੇਲ੍ਹ ਦੇ ਅੰਦਰ ਸਿਕਿਉਰਿਟੀ ਦੀ ਗੱਲ ਹੋ ਰਹੀ ਹੈ ਕਿਉਂਕਿ ਪੰਜਾਬ ਦੇ ਅੰਦਰ ਅਸੀਂ ਸਾਰੇ ਜਾਣਦੇ ਹਾਂ ਗੈਂਗਸਟਰਸ ਦੇ ਮਾਮਲੇ ਨੇ ਔਰ ਕਈ ਗੈਂਗਸਟਰਸ ਜਿਹੜੇ ਨੇ ਇਸ ਵਕਤ ਜੇਲ੍ਹਾਂ ਚ ਬੈਠੇ ਨੇ ਔਰ ਉੱਥੋਂ ਐਕਟਿਵ ਨੇ ਔਰ ਉੱਥੋਂ ਬਹਿ ਕੇ ਆਪਣੇ ਗਰੁੱਪਾਂ ਨੂੰ ਚਲਾ ਰਹੇ ਨੇ ਜਿਹੜੇ ਵੀ ਮਸਲੇ ਸਾਹਮਣੇ ਆਉਂਦੇ ਪਏ ਨੇ ਤੇ ਮਜੀਠੀਆ ਸਾਹਮਣੇ ਕਿਹਾ ਕਿ ਮੈਨੂੰ ਖਤਰਾ ਹੁਣ ਉਹਨਾਂ ਕੋਲ ਕਿਹੜੇ ਕਿਹੜੇ ਮਾਮਲੇ ਪਹਿਲਾਂ ਤਾਂ ਜਿਹੜੀ ਰੈਗੂਲਰ ਬੇਲ ਹੈ ਉਹਨਾਂ ਦੀ ਜ਼ਮਾਨਤ ਚਾਹੀਦੀ ਆ ਉਹ ਮਸਲਾ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਅਰਜ਼ੀ ਦਿੱਤੀ ਹੋਈ ਆ ਕਿ ਐਫ ਆਈ ਆਰ ਕੁਆਸ਼ ਕਰੋ ਐਫ ਆਈ ਆਰ ਰੱਦ ਕਰੋ ਇਹ ਗਲਤ ਐਫ ਆਈ ਆਰ ਉਹ ਮਸਲਾ ਤੀਸਰਾ ਮਸਲਾ ਸਿਕਿਉਰਿਟੀ ਕਿਉਂਕਿ Z+ ਸਿਕਿਉਰਿਟੀ ਹੈ ਤੇ ਜੇਲ੍ਹ ਦੇ ਅੰਦਰ ਖਤ ਉਹ ਮਸਲਾ ਚੌਥਾ ਸਿਆਸੀ ਮਸਲਾ ਕਿ ਹੁਣ ਸਿਆਸਤ ਦੇ ਵਿੱਚ ਕੈਰੀਅਰ ਦਾ ਕੀ ਬਣੂਗਾ ਕਦੋਂ ਬਾਹਰ ਆਣਗੇ ਕਦੋਂ ਪਾਰਟੀ ਸੰਭਾਲਣਗੇ ਇਲੈਕਸ਼ਨਸ ਹਾਰ ਚੁੱਕੇ ਨੇ ਔਰ ਬਹੁਤ ਬੁਰੀ ਹਾਰ ਹੋਈ ਸਿਰਫ 3 ਸੀਟਾਂ ਤਾਂ ਕਿਦਾਂ ਸਾਰਾ ਕੁਝ ਸੰਭਾਲਣਾ ਮਸਲਾ ਹੀ ਮਸਲੇ ਪ੍ਰੈਸ਼ਰ ਪ੍ਰੈਸ਼ਰ ਤਣਾਅ ਤਣਾ ਸੋ ਇਹ ਪੰਜਾਬ ਦਾ ਜੋ ਰਿਵਾਇਤੀ ਪਾਰਟੀ ਸਾਡੀ ਖੇਤਰੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਜਿਹਦੇ ਉੱਤੇ ਸਭ ਤੋਂ ਵੱਡ ਰਿਸਪੌਂਸਿਬਿਲਟੀ ਆ ਉਹਦੇ ਇੱਕ ਬੜੇ ਹੈਵੀweight ਲੀਡਰ ਨੇ ਉਹ ਵੀ ਮਸਲਾ ਦੇਖੋ ਮਸਲਾ ਸਿਆਸੀ ਕੈਰੀਅਰ ਤਾਂ ਨਹੀਂ ਹੋ ਸਕਦਾ ਸਿਆਸੀ ਕੈਰੀਅਰ ਪਰ ਇੱਕ ਕੁਐਸਚਨ ਮਾਰਕ ਹੈ ਕੁਐਸਚਨ ਮਾਰਕ ਤੇ ਲੱਗਦੇ ਰਹਿੰਦੇ ਨੇ ਕੁਐਸਚਨ ਮਾਰਕ ਇਹ ਆ ਕਿ ਸਾਡੀਆਂ ਜੇਲ੍ਹਾਂ ਸੁਰੱਖਿਤ ਨਹੀਂ ਹੈਗੀਆਂ ਦੇਖੋ ਇਹ ਇਹ ਨਾ ਜਿਹੜੇ ਸਿਸਟਮ ਆ ਇਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਇਹ ਸਿਆਸੀ ਮਾਹਰ ਸਾਰੇ ਜਿਹੜੇ ਨੇ ਆਪਾਂ ਕੱਲ ਵੀ ਗੱਲ ਕੀਤੀ ਸੀ ਸਿਰਫ ਤਾਂ ਸਿਰਫ ਮਸਲਾ ਇੰਨਾ ਕਿ ਆ ਕਿ ਮੈਂ bail ਤੇ ਬਾਹਰ ਆਉਣਾ ਸਹੀ ਸਿਰਫ ਮਸਲਾ ਹੈ ਮਸਲਾ ਇਹ ਚਾਹੇ ਕੇ ਇਸ ਸਾਲੋਂ ਸਾਲ ਲੜਦਾ ਰਹੇ ਚਾਹੇ ਕੇਸਾਂ ਦਾ ਕੁਝ ਬਣੇ ਨਾ ਬਣੇ ਮਸਲਾ ਇਹ ਹੈ ਕਿ ਜੇਲ੍ਹ ਤੋਂ ਬਾਹਰ ਹੋਣਾ ਹੈ ਤਾਂ ਜੇਲ੍ਹ ਦੇ ਵਿੱਚ ਪੂਰੀਆਂ ਸੁੱਖ ਸੁਵਿਧਾਵਾਂ ਹੋਣ ਪਰ ਇਹ ਹੈ ਕਿ ਮੈਂ ਜੇਲ੍ਹ ਤੋਂ ਬਾਹਰ ਹੋਣਾ ਹੈ ਇਹ ਮਸਲਾ ਸਿਰਫ ਇਹਨਾ ਹੈ ਹੁਣ ਸਿਆਸੀ ਕਰੀਅਰ ਦੀ ਗੱਲ ਕਰ ਲਈਏ ਨਾ ਸਿਆਸੀ ਕਰੀਅਰ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਜਾਂ ਭਾਰਤ ਦੇ ਵਿੱਚ ਹੁਣ ਉਹਨਾਂ ਲੋਕਾਂ ਦਾ ਹੀ ਉੱਤੇ ਜਾਂਦਾ ਜਿਹੜੇ ਐਦਾਂ ਦੇ ਦਾਗ ਜੇ ਲਵਾ ਕੇ ਤੁਰੇ ਫਿਰਦੇ ਨੇ ਹੂੰ ਹੂੰ ਨਹੀਂ ਤੇ ਜੇ ਪੰਜਾਬ ਦੇ ਲੋਕ ਸਿਆਣੇ ਹੁੰਦੇ ਤੇ ਫਿਰ ਗੁਨੀਬ ਕੌਰ ਨੂੰ ਵੀ ਜਿਹੜਾ ਆ ਉੱਥੋਂ ਨਹੀਂ ਮਿਲਣਾ ਸੀਗਾ ਬਹੁਤ ਮੰਨਦਾ ਜਿੰਮੇ ਜੀਠੇ ਦੀ ਗੱਲ ਕਰ ਲਈਏ ਤੇ ਜੇ ਅੰਮ੍ਰਿਤਸਰ ਪੂਰਬੀ ਤੋਂ ਨਹੀਂ ਮਿਲਿਆ ਤੇ ਉੱਥੋਂ ਵੀ ਨਹੀਂ ਮਿਲਣਾ ਚਾਹੀਦਾ ਸੀਗਾ ਜੇ ਲੋਕ ਸਿਆਣੇ ਹੋਣ ਤਾਂ ਫਿਰ ਦੂਸਰੀ ਗੱਲ ਹੁਣ ਤੁਸੀਂ ਕਹਿੰਦੇ ਹੋ ਕਿ ਬੜੀਆਂ ਸਾਰੀਆਂ ਗੱਲਾਂ ਨੇ ਜਿਹੜੇ ਤੁਸੀਂ ਇਦਾਂ ਦੇ ਥਾਹਾਂ ਦੇ ਵਿੱਚ ਬਹੁਤ ਕਰੋੜੀ ਡਰੱਗ ਮਾਮਲਾ ਆਇਆ ਇਹ ਹੂੰ ਔਰ ਜਦੋਂ ਨਾਮ ਤੁਹਾਡਾ ਲਿਆ ਜਾਵੇ ਔਰ ਉਸ ਤੋਂ ਬਾਅਦ ਚਲੋ ਹਲੇ ਤੇ ਵਿਸ਼ਾ ਆ ਨਾ ਜਦੋਂ ਇਹ ਪਰਤਕ ਹੋ ਗਿਆ ਫਿਰ ਹੀ ਸਜ਼ਾ ਮਿਲੀ ਹੈ ਜਾਂ ਫਿਰ ਕਿੱਦਾਂ ਮਿਲੀ ਹੈ ਉਹ ਕਹਿੰਦੇ ਜੀ ਐਫ ਆਈ ਆਰ ਝੂਠੀ ਆ ਇਸ ਦਾ ਪਤਾ ਕਰੋ ਹੁਣ ਲੋਕਾਂ ਨੂੰ ਉਲਝਾ ਕੇ ਰੱਖ ਦਿੱਤਾ ਬਿਲਕੁਲ ਉਲਝਾਓ ਕਹਿੰਦੇ ਨੇ ਕਿ ਜੇ ਤੁਸੀਂ ਕਿਸੇ ਨੂੰ ਆਪਣੀ ਗੱਲ ਮੰਨਵਾਉਣੀ ਹੋਵੇ ਨਾ ਪਹਿਲਾਂ ਉਹਨੂੰ ਕਨਫਿਊਜ਼ ਕਰ ਦਿਓ ਉਲਝਾ ਦਿਓ ਜਦੋਂ ਉਲਝ ਜਾਊਗਾ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਮਸਲਾ ਰੱਖੋਗੇ ਤਾਂ ਉਹਨੂੰ ਲੱਗੇਗਾ ਮੈਂ ਸੋਲਝਦਾ ਪਿਆ ਹਾਲਾਂਕਿ ਤੁਸੀਂ ਆਪਣੀ ਗੱਲ ਮੰਨਵਾ ਰਹੇ ਹੋ ਵਾਕੇ ਉਹਨੂੰ ਕੱਢ ਕੇ ਲਿਆਓਗੇ ਕੱਢ ਕੇ ਲਿਆਓ ਸੋ ਪਹਿਲਾਂ ਕਨਫਿਊਜ਼ ਕਰੋ ਫਿਰ ਉਹ ਕਨਵਿੰਸ ਹੋ ਜਾਏਗਾ ਚਲੋ ਇਹ ਚੀਜ਼ਾਂ ਨੇ ਮਸਲਾ ਹੀ ਹੈ ਪਰ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸਭ ਤੋਂ ਵੱਡੀ ਗੱਲ ਕੁਐਸਚਨ ਮਾਰ ਕੇ ਹੁੰਦਾ ਪਿਆ ਕੀ ਪੰਜਾਬ ਦੀਆਂ ਜੇਲਾਂ ਸੁਰੱਖਿਅਤ ਨਹੀਂ ਹੈਗੀਆਂ ਪਟਿਆਲਾ ਦੀ ਜੇਲ੍ਹ ਦੀ ਗੱਲ ਕਰਦੇ ਪੈਣੇ ਨਾ ਕਿ ਜਾਨ ਨੂੰ ਖਤਰਾ ਹੈ ਜੇਲ੍ਹ ਦੇ ਅੰਦਰ ਵੀ ਜਾਨ ਨੂੰ ਖਤਰਾ ਹੈ ਅੱਛਾ ਉਹ ਕਹਿੰਦੇ ਕਿ ਬੜੇ ਸਾਰੇ ਖਾੜਕੂ ਬੜੇ ਅਸਰਿਆਤਵਾਦੀ ਨੇ ਬਿਲਕੁਲ ਤੁਸੀਂ 15 ਸਾਲ ਰਾਜ ਕੀਤਾ ਉਦੋਂ ਤਾਂ ਤੁਹਾਨੂੰ ਕਿਸੇ ਖਾੜਕੂ ਜਾਂ ਅਤਵਾਦੀ ਨੇ ਕੁਝ ਕੀਤਾ ਨਹੀਂ ਜਿੰਨੇ ਕਰਨਾ ਹੁੰਦਾ ਉਹ ਕਰ ਹੀ ਲੈਂਦਾ ਹੂੰ ਹੂੰ ਪਤਾ ਨਹੀਂ ਇਹ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਇਹਨਾਂ ਲੀਡਰਾਂ ਦੇ ਨਾਲ ਬਾਕੀ ਉਹੀ ਗੱਲ ਹੈ ਨਾ ਕਿ ਉਲ ਜਾ ਕੇ ਰੱਖ ਦਿੰਦੇ ਨੇ ਉਲ ਜਾ ਕੇ ਰੱਖ ਦਿੰਦੇ ਸੋ ਤੁਸੀਂ ਹੌਲੜਣਾ ਨਹੀਂ ਸੁਲਝਾਉਣ ਦੇ ਲਈ ਅਸੀਂ ਬੈਠੇ ਆ ਜਿੰਨਾ ਕਿ ਅਸੀਂ ਕਰ ਸਕਦੇ ਆ ਜਿੰਨਾ ਕਿ ਮੈਂ ਤੇ ਸੰਜੀਵ ਜ਼ੋਰ ਲਾ ਰਹੇ ਆ ਹਨਾ ਤੇ ਮੈਨੂੰ ਲੱਗਦਾ ਹੈ ਕਿ ਉਹੀ ਕੀ ਗੱਲ ਅਸੀਂ ਕਰ ਰਹੇ ਆ ਫਿਲਹਾਲ ਸਾਧੂ ਦਿਓ ਇਜਾਜ਼ਤ ਦੇਖਦੇ ਰਹੋ ਪੰਜਾਬ ਮੇਂ ਯੂਐਸਏ ਟੀਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ